ਹਾਂਜੀ 8ਵੇਂ ਵਾਲੇ ਹੋ ਤਾਂ ਕਿਵੇਂ ਹੋ ਤਾਂ ਤੁਹਾਡਾ ਇੰਗਲਿਸ਼ ਦਾ ਪੇਪਰ ਆ ਕੱਲ ਯਾਨੀ ਕਿ 15 ਮਾਰਚ ਨੂੰ ਫਾਈਨਲ ਪੇਪਰ ਆ ਬੋਰਡ ਦਾ ਤਾਂ ਇਸ ਵੀਡੀਓ ਦੇ ਵਿੱਚ ਸ਼ਾਂਤੀ ਗਾਇਸ ਪੇਪਰ ਤੋਂ ਤੁਹਾਡੀ ਤਿਆਰੀ ਕਰਾ ਦਿੰਨੇ ਆ ਸ਼ਾਂਤੀ ਗਾਇਸ ਪੇਪਰ ਬਿਲਕੁਲ ਨਿਊ ਵਾਲਾ ਵਾ ਦੇਖ ਲਓ ਇੱਥੇ ਡੇਟ ਲਿਖੀ ਹੋਈ ਆ ਮਾਰਚ 11 2024 ਨੂੰ ਇਹ ਛਪਿਆ ਵਾ ਤਾਂ ਦੇਖ ਲਓ ਇਹ ਜਿਹੜਾ ਤੁਹਾਡਾ ਇੰਗਲਿਸ਼ ਦਾ ਪੇਪਰ 80 ਨੰਬਰ ਦਾ ਪੇਪਰ ਹੋਏਗਾ 20 ਨੰਬਰ ਦੇ ਅਸੈਸਮੈਂਟ ਲਾ ਕੇ 100 ਨੰਬਰ ਦਾ ਪੇਪਰ ਤੁਹਾਡਾ ਹੋ ਜਾਏਗਾ ਤੇ ਥੱਲੇ ਦੇਖ ਲੈਣੇ ਆ ਸਭ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਨੂੰ ਸੈਕਸ਼ਨ A ਦੇ ਵਿੱਚ ਰੀਡਿੰਗ ਐਜ਼ ਬਿਊਟੀਫੁਲ ਐਜ਼ ਦੇ ਆਰ ਯੂਸਫੁਲ ਬਈ ਜਿਹੜੇ ਰੁੱਖ ਜਿੰਨੇ ਸੁੰਦਰ ਹਨ ਉਹ ਉਨੇ ਹੀ ਆਪਣੇ ਲਈ ਜਿਹੜੇ ਹੈਗਾ ਲਾਭਦਾਇਕ ਹੁੰਦੇ ਹਨ ਜਾਂ ਫਿਰ ਹਨ ਠੀਕ ਹੈ ਵੇਅਰ ਐਵਰ ਦੇ ਆਰ ਦੇ ਮੇਕ ਠੀਕ ਹੈ ਜੀ ਵੇਅਰ ਦੇ ਵੇਅਰ ਐਵਰ ਦੇ ਆਰ ਦੇ ਮੇਕ ਦੈਟ ਪਲੇਸ ਲੁੱਕ ਨਾਈਸ ਐਂਡ ਗ੍ਰੀਨ ਉਹ ਜਿੱਥੇ ਵੀ ਹੁੰਦੇ ਹਨ ਉਹ ਉਸ ਜਗ੍ਹਾ ਨੂੰ ਸੁੰਦਰ ਅਤੇ ਹਰਿਆਲੀ ਜਿਹੜਾ ਹੈਗਾ ਵਾ ਬਣਾਉਂਦੇ ਹਨ ਉਸ ਤੋਂ ਬਾਅਦ ਦੇ ਗਿਵ ਅਸ ਫਰੂਟਸ ਸ਼ੇਡ ਐਂਡ ਵੁੱਡ ਬਈ ਉਹ ਜਿਹੜੇ ਹੈਗੇ ਸਾਨੂੰ ਫਲ ਛਾਂ ਤੇ ਲੱਕੜ ਦਿੰਦੇ ਹਨ ਬਰਡਸ ਵੁਲਡ ਨੈਸਟ ਇਨ देयर ਬ੍ਰਾਂਚਸ ਯਾਨੀ ਕਿ ਬਈ ਜਿਹੜੇ ਪੰਛੀ ਨੇ ਉਹ ਆਪਣੀਆਂ ਟਾਣੀਆਂ ਵਿੱਚ ਆਲਣੇ ਬਣਾਉਂਦੇ ਹਨ ਦੇ ਟ੍ਰੀ ਮਿਕਸ ਦਾ ਹੋਲ ਪਲੇਸ ਲਾਈਕ ਅ ਗਾਰਡਨ ਦੇ ਆਰ ਇਨਡੀਡ ਨੇਚਰ ਪ੍ਰੀਸ਼ੀਅਸ ਗਿਫਟ ਟੂ ਅਸ ਭਾਈ ਜਿਹੜੇ ਆਪਣੇ ਰੁੱਖ ਨੇ ਠੀਕ ਹੈ ਉਹ ਸਾਰੀ ਥਾਂ ਨੂੰ ਜਿਹੜਾ ਹੈਗਾ ਬਾਗ ਵੰਗ ਬਣਾ ਦਿੰਦੇ ਹਨ ਇਹ ਸਾਡੇ ਲਈ ਕੁਦਰਤ ਕੁਦਰਤ ਦਾ ਜਿਹੜਾ ਹੈਗਾ ਅਨਮੋਲ ਤੋਹਫਾ ਹੈ ਜਾਂ ਫਿਰ ਗਿਫਟ ਹੈ ਠੀਕ ਹੈ ਜੀ ਅੱਗੇ ਆਪਣਾ ਦੋਸਤ ਇਹਦੇ ਵਿੱਚ ਮੋਟਾ-ਮੋਟੀ ਦੱਸਦੇ ਨੇ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਇਹ ਹੀ ਲਿਖਿਆ ਹੋਇਆ ਹੈ ਕਿ ਹਰ ਦਰਖਤ ਯਾਨੀ ਕਿ ਐਵਰੀ ਟਰੀ ਹਰ ਦਰਖਤ ਸਾਡੇ ਵੰਗ ਹੀ ਜਿਉਂਦਾ ਹੈ ਅਤੇ ਸਾਂ ਲੈਣ ਵਾਲਾ ਪ੍ਰਾਣੀ ਹੈ ਠੀਕ ਹੈ ਪਰ ਸਾਡੇ ਦੇ ਉਲਟ ਉਹ ਕੀ ਹੈ ਕਿ ਕੱਚੇ ਮਾਲ ਜਿਵੇਂ ਕਿ ਕਾਰਬਨ ਡਾਈਆਕਸਾਈਡ ਪਾਣੀ ਅਤੇ ਸੂਰਜ ਦੀ ਰੋਸ਼ਨੀ ਤੋਂ ਆਪਣਾ ਜਿਹੜਾ ਹੈਗਾ ਵਾ ਸੋਕ ਤਿਆਰ ਦੇ ਤੋਂ ਉਲਟ ਇਸ ਵਿੱਚ ਇੱਕ ਚੰਗੀ ਤਰ੍ਹਾਂ ਵਿਕਸਿਤ ਦਿਮਾਗੀ ਪ੍ਰਣਾਲੀ ਦੀ ਘਾਟ ਹੈ ਹਾਲਾਂਕਿ ਇਹ ਬਹੁਤ ਸਾਰੇ ਬਾਹਰੀ ਉਤੇਜਨਾ ਦਾ ਜਵਾਬ ਦਿੰਦਾ ਹੈ ਰੁੱਖ ਆਪਣੇ ਪੱਤੇ ਰਾਹੀਂ ਸਾਹ ਲੈਂਦਾ ਹੈ ਉਸ ਤੋਂ ਬਾਅਦ ਲਿਖਿਆ ਕਿ ਵਾਤਾਵਰਣ ਰੁੱਖ ਦੇ ਵਾਦੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਪਾਣੀ ਦੀ ਘਾਟ ਤੇ ਜੜਤਾ ਜਿਹੜਾ ਹੋਰ ਡੁੰਗੀਆਂ ਹੋ ਜਾਂਦੀਆਂ ਹਨ ਤੇ ਜਿਹੜਾ ਦੂਰ ਦੂਰ ਤੱਕ ਫੈਲ ਜਾਂਦੀਆਂ ਹਨ ਅੱਗੇ ਪਿੱਛੇ ਹੋ ਜਾਂਦੀਆਂ ਹਨ ਭੋਜਨ ਸਮਗਰੀ ਦੀ ਭਾਲ ਵਿੱਚ ਜੇਕਰ ਇੱਕ ਥਾਂ ਤੇ ਬਹੁਤ ਸਾਰੇ ਦਰਖਤ ਹੋਣ ਤਾਂ ਇਹ ਸੂਰਜ ਦੀ ਰੋਸ਼ਨੀ ਤੱਕ ਪਹੁੰਚਣ ਲਈ ਉੱਚੇ ਉੱਚੇ ਵਾਦੇ ਹਨ ਹਰ ਵੇਲੇ ਜਿਹੜੇ ਤੇਜ਼ ਹਵਾ ਚਲਦੀ ਰਹੇ ਅਤੇ ਰੁੱਖ ਆਪਣੀਆਂ ਜੜ੍ਹਾਂ ਨਾਲ ਜ਼ਮੀਨ ਨੂੰ ਮਜ਼ਬੂਤੀ ਨਾਲ ਫੜ ਲੈਂਦਾ ਹੈ ਰੁੱਖ ਇੱਕ ਮਜ਼ਬੂਤ ਜਿਹੜਾ ਹੈਗਾ ਵਾ ਲੜਾਕੂ ਹੈ ਠੀਕ ਹੈ ਜੀ ਦ ਟਰੀ ਇਜ਼ ਅ ਸਟਰੋਂਗ ਫਾਈਟਰ ਲੜਾਕੂ ਹੈ ਉਹ ਹਵਾ ਦੇ ਅੱਗੇ ਦੋਸਤ ਜਿਹੜਾ ਹੈਗਾ ਵਾ ਚੁੱਕ ਸਕਦਾ ਹੈ ਪਰ ਇਹ ਹਮੇਸ਼ਾ ਟੁੱਟਦਾ ਨਹੀਂ ਠੀਕ ਹੈ ਜੀ ਇਹ ਹਮੇਸ਼ਾ ਜਿਹੜਾ ਹੈ ਟੁੱਟਦਾ ਨਹੀਂ ਹੈ ਇਹ ਆਪਣੇ ਆਪ ਨੂੰ ਬਰਫ਼ ਠੰਡ ਤੇ ਗੜਿਆਂ ਤੋਂ ਬਹੁਤ ਚੰਗੀ ਤਰ੍ਹਾਂ ਬਚਾਉਂਦਾ ਹੈ ਇਹ ਆਪਣੇ ਜ਼ਿਆਦਾਤਰ ਦੁਸ਼ਮਣਾਂ ਨੂੰ ਹੋਰ हरा सकता है ठीक है जी पर मनुख हर बार रुख वड़ के ही हार दिता है ठीक है जी रुख जगा वा रुख वड़ के ही हार दिता है इन वे पैमाने दरख्त को तबाह करके वो असल में की जानते हैं कि आप जो है वा, अपने आप नो तबाह कर रहा है तो हम देखो अपने प्रश्न की निकल कर आ रहा वह प्रश्न देखो कि इतने ट्रीज़ आर नेचर स्प्रीशियस गिफ्ट टू हाँ जी स्प्रीशियस गिफ्ट टू अस बिकॉज ਭਈ ਇਹਨੇ ਲਿਖਿਆ ਕਿ ਰੁੱਖ ਸਾਡੇ ਲਈ ਜਿਹੜਾ ਕੁਦਰਤ ਦੀ ਕੀਮਤੀ ਤੋਹਫਾ ਹਨ ਤਾਂ ਇਹਦਾ ਆਨਸਰ ਕਿਹੜਾ ਆ ਜਾਏਗਾ ਆਪਣਾ ਆ ਜਾਏਗਾ ਆਨਸਰ ਇਹਦਾ ਦੇਖ ਲਓ ਇੱਥੇ ਲਿਖਿਆ ਕਿ 올 ਆਫ द ਅਬਵ ਯਾਨੀ ਕਿ ਦੇ ਪ੍ਰੋਵਾਈਡ ਅਸ ਫੂਡ ਸ਼ੈਡ ਐਂਡ ਵੁੱਡ ਉਹ ਜਿਹੜੇ ਹੈਗੇ ਆ ਸਾਨੂੰ ਕੀ ਹੈ ਰੁੱਖ ਸਾਡੇ ਲਈ ਜਿਹੜਾ ਹੈਗਾ ਵਾ ਉਹ ਸਾਨੂੰ ਜਿਹੜਾ ਹੈਗਾ ਭੋਜਨ ਪ੍ਰਦਾਨ ਕਰਦੇ ਹਨ ਤੇ ਛਾਂ ਤੇ ਲੱਕੜ ਪ੍ਰਦਾਨ ਕਰਦੇ ਹਨ ਤੇ ਦੂਸਰਾ ਕੀ ਹੈ ਦੇ ਪ੍ਰੋਵਾਈਡ ਸ਼ੈਲਟਰ ਟੂ ਦਾ ਬਰਡਸ ਯਾਨੀ ਕਿ ਉਹ ਪੰਛੀਆਂ ਨੂੰ ਪਨਾਹ ਪ੍ਰਦਾਨ ਕਰਦੇ ਹਨ ਠੀਕ ਹੈ ਜੀ ਠਹਿਰਨ ਲਈ ਜਾਂ ਫਿਰ ਰਹਿਣ ਲਈ ਦੇ ਟਰਨ हाँ जी दे टर्न द अर्थ इनटू अ ब्यूटीफुल प्लेस ठीक है, है वो जे आरती एक सुंदर स्थान बदल देंगे तो इस प्रश्न जे आंसर की आ जाएगा उपरोक्त सारे ऑल ऑफ द अबब उपर है, अपना प्रश्न हो गया हूँ दूसरा प्रश्न वैन देयर इज लैक ऑफ वाटर द ट्री ठीक है यानी कि बई जो है जो पानी की कमी हो रुख फिर की होंगे वा तो यह आंसर जो है वा इत देख लो इन्होंने दिता है सेंड इट रूट्स डीप फार एंड वाइड ਭਾਈ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਇਸ ਦੀਆਂ ਜਿਹੜੀਆਂ ਨੇ ਜੜਾ ਡੂੰਘੀਆਂ ਤੇ ਅ ਦੂਰ ਦੂਰ ਤੱਕ ਜਿਹੜੀ ਹੈਗੀ ਹੈ ਨਾ ਹੋ ਜਾਂਦੀਆਂ ਹਨ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਆਪਣਾ ਪ੍ਰਸ਼ਨ ਕੀ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟru ਬੋਥ ਹਾਂਜੀ ਇਜ਼ ਟru ਫੋਰ ਬੋਥ ਹਿਊਮਨ ਐਂਡ ਟਰੀਜ਼ ਭਾਈ ਮਨੁੱਖ ਅਤੇ ਰੁੱਖਾਂ ਦੋਵਾਂ ਲਈ ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਸੱਚ ਹੈ ਤਾਂ ਇਸ ਪ੍ਰਸ਼ਨ ਦਾ ਜਿਹੜਾ ਆਨਸਰ ਹੈ ਇਹਦਾ ਆ ਜਾਏਗਾ ਆਪਣਾ ਏ অপਸ਼ਨ ਯਾਨੀ ਕਿ ਬੋਥ ਬਰੀਥ ਐਂਡ ਗਰੋ ਮਤਲਬ ਜਿਹੜੇਗਾ ਦੋਵੇਂ ਸਾਹ ਲੈਂਦੇ ਹਨ ਤੇ ਵੱਧਦੇ ਹਨ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਟਰੀ ਫਾਈਟ ਮੈਨੀ ਐਨਮੀਜ਼ ਬਟ ਦੇ ਆਰ ਨਾਟ ਏਬਲ ਟੂ ਡੀਫੀਟ ਬਈ ਜਿਹੜਾ ਹੈਗਾ ਵਾਕੀ ਰੁੱਖ ਬਹੁਤ ਸਾਰੇ ਸ਼ਕਤੀਆਂ ਨਾਲ ਲੜਦੇ ਹਨ ਪਰ ਉਹ ਹਰਾਉਣ ਦੇ ਯੋਗ ਨਹੀਂ ਹੁੰਦੇ ਤਾਂ ਇਹਦਾ ਆਨਸਰ ਕੀ ਆ ਜਾਏਗਾ ਆਪਣਾ ਬੋਥ ਬਰੀਥ ਹਾਂਜੀ ਕਿਹੜਾ ਸੀਗਾ ਆਪਣਾ ਆਹ ਸੀਗਾ ਤੁਹਾਡਾ ਪ੍ਰਸ਼ਨ ਤੇ ਇਹਦੇ ਵਿੱਚ ਇਹਦਾ ਆਨਸਰ ਕੀ ਆਪਣਾ ਦੇ ਹੈਵ ਸਟਰੋਂਗ ਰੂਟਸ ਐਂਡ ਟ੍ਰੰਕ ਬਈ ਕੀ ਉਹਦੇ ਵਿੱਚ ਜਿਹੜਾ ਹੈਗਾ ਵਾ ਹਾਂਜੀ ਕੀ ਕਿਹਾ ਬਈ ਚੌਥੇ ਦਾ ਪ੍ਰਸ਼ਨ ਦਾ ਆਨਸਰ ਹੈ ਯਾ ਕੀ ਇਹਨਾਂ ਦੇ ਜੜਾ ਤੇ ਤਣੇ ਮਜ਼ਬੂਤ ਹੁੰਦੇ ਹਨ ਅੱਗੇ ਆਪਣਾ ਪੰਜਵਾਂ ਪ੍ਰਸ਼ਨ ਟਰੀਜ਼ ਆਰ ਸਟਰੋਂਗ ਫਾਈਟਰ ਬਿਕੋਜ਼ ਬਈ ਜਿਹੜੇ ਰੁੱਖ ਨੇ ਉਹ ਮਜ਼ਬੂਤ ਲੜਾਕੂ ਹਨ ਕਿਉਂਕਿ ਕਿਉਂਕਿ ਦੋਸਤੋ ਦੇ ਕੈਨ ਅਡੈਪਟ ਥੈਮਸੈਲਵ ਟੂ 올 ਸਰਕਮਸਟੈਂਸ ਬਈ ਉਹ ਆਪਣੇ ਆਪ ਨੂੰ ਹਰ ਹਾਲਤ ਵਿੱਚ ਢਾਲ ਸਕਦੇ ਹਨ ਇਸੇ ਪ੍ਰਕਾਰ ਦੋਸਤੋ ਇਹ ਤੁਹਾਡੇ ਸਾਰੇ ਹੋ ਗਏ ਉਸ ਤੋਂ ਬਾਅਦ ਹੁਣ ਪੈਸੇਜ 2 ਆ ਪੈਸੇਜ 2 ਨੂੰ ਤੁਸੀਂ ਖੁਦ ਹੀ ਕਰਨਾ ਵਾ ਇਸ ਨੂੰ ਦੇਖ ਲਓ ਆ ਰਿਹਾ ਤੁਹਾਡਾ ਪੈਸੀਜ ਜਿਸ ਨੂੰ ਰੀਡ ਕਰ ਲਓ ਡੇਂਗੂ ਇਜ਼ ਵਰਚੁਅਲ ਡਿਸੀਜ਼ ਇਸ ਠੀਕ ਹੈ ਤੁਸੀਂ ਇੱਥੇ ਇਸ ਨੂੰ ਰੀਡ ਆਊਟ ਕਰਕੇ ਇਹਨਾਂ ਦੇ ਜਿਹੜੇ ਪ੍ਰਸ਼ਨ ਨੇ ਆ ਦੇਖੋ ਲਿਖੇ ਹੋਏ ਹਨ ਹਾਊ ਡਸ ਡੇਂਗੂ ਸਪਰੈਡ ਠੀਕ ਹੈ ਜੀ ਯਾਨਕਿ ਜਿਹੜਾ ਹੈਗਾ ਡੇਂਗੂ ਕਿਵੇਂ ਫੈਲਦਾ ਹੈ ਤਾਂ ਇਹਦਾ ਆਨਸਰ ਆ ਰਿਹਾ ਆਪਣਾ ਆ ਬਾਈਟ ਆਫ ਐਡਸ ਮੈਸਕੋਟ ਠੀਕ ਹੈ ਜੀ ਯਾਨਕਿ ਜਿਹੜਾ ਹੈਗਾ ਵਾ ਐਡਸ ਮੱਛਰ ਦੇ ਕੱਟਣ ਨਾਲ ਜਿਹੜਾ ਹੈਗਾ ਵਾ ਐਡਿਸ ਕਹਾਂਗੇ ਇਸ ਨੂੰ ਆਪਾਂ ਪ੍ਰੋਨਾਂਸिएशन ਇਹਦੀ ਬਣੇਗੀ ਐਡਿਸ ਮੱਛਰ ਦੇ ਕੱਟਣ ਨਾਲ ਇਸੇ ਪ੍ਰਕਾਰ ਦੋਸਤੋ ਜਿਹੜਾ ਹੈਗਾ ਵਾ ਆਪਣਾ आंसर uh, ये दूसरा प्रश्न है हाउ कैन यू प्रिवेंट डेंगू यानी कि डेंगू तो किमें बच सकते हो यदा आंसर इतने लिखा होीड तो आउट कर लेना वा उसत तो तीसरा प्रश्न है अपना आ रहा दोस्तों तीसरा प्रश्न किसी का वट इज़ द सिमटम्स ऑफ डेंगू यानी कि डेंगू के लक्षण ने इन दे आंसर भी इतने लिखे होना वा आ रहा ऑल ऑफ द बाबा ठीक है यानी कि सडन हाई फीवर पेंड पेन बिहड आइज़ त उसके बाद दोस्तों अपना सैबर हैडक ठीक है जी दिमटम्स ऑफ डेंगू लास्ट अपू जो है वा डैश डेज़ यानी कि भी डेंगू दे, दे, के जोड़े लक्षण आगे डैश दिन तक रेंद्ते हैं तो इसका आंसर जो है कि जाएगा टू और टू टू फाइव डेज यानी कि जोड़ा है वा दो तो पां दिन ठीक है उस तो बाद अपना पिक्चर की कॉम्प्रहेंशन आ देख आख सद पिक्चर कंपनी हंस है ना अज में आ पिक्चर देख के फिर थले प्रश्न आंसर देना इसलिए पिक्चर में देख लो चंकी तरह तो देखो पहला प्रश्न की निकल कर आ रहा वट इज शो इन द गिवन पिक्चर यानी कि तस्वीर के जोड़ा है कि दिखाया गया है तो इसका आंसर आ जाएगा अपना सी ऑप्शन यानी कि अवर नैशनल फ्लैग ठीक है अगे हा हाउ मैनी कलर इट हैज़ बई इस जी है किन्ने रंग हैं तो इसका आंसर जरा वा आ जाएगा थ्री ठीक है जी तो तीन कलर ने अगे कलर इसका विच कलर इज इन द मिडल ऑफ इट यानी कि जोड़ा इसका रंग है तो इस जो है अपना वाइट है यानी कि चिट्टा वट इज़ द वाइट पार्ट ऑफ इट यानी कि बई जो चक्कर वा अपना इस चिट्टे हिस्से की है ठीक है इसके चिट्टे हिस्से की है तो इस चिट्टे हिस्से दोस्तों सर्कल है उस तो बाद है अपना प्रश्न हाउ मैनी स्पोकस स्पोक्स आर देयर इन अ व्हील ऑफ इट बई जो है वा ਵੀਲ ਦੇ ਜਿਹੜਾ ਹੈਗਾ ਚੱਕਰ ਵਿੱਚ ਕਿੰਨੇ ਸਪੋਕਸ ਹੁੰਦੇ ਹਨ ਠੀਕ ਹੈ ਜੀ ਤਾਂ ਇਹਦੇ ਜਿਹੜੇ ਹੈਗੇ ਵੀਲ ਦੇ ਆਪਣੇ ਜਿਹੜੇ ਹੈ ਚੱਕਰ ਆ ਚੱਕਰ ਵਿੱਚ ਕਿੰਨੇ ਸਪੋਕਸ ਹੁੰਦੇ ਹਨ ਇੱਕ ਚੱਕਰ ਦੇ ਵਿੱਚ ਤਾਂ ਦੋਸਤੋ ਇਹਦਾ ਆਨਸਰ ਜਿਹੜਾ ਹੈਗਾ ਕੀ ਆ ਜਾਏਗਾ ਸ਼ੋਕ ਚੱਕਰ ਜਿਸ ਨੂੰ ਆਪਾਂ ਕਹਿੰਦੇ ਹਾਂ ਠੀਕ ਹੈ ਉਹਦੇ ਵਿੱਚ 24 ਹੁੰਦੇ ਆ ਜਿਵੇਂ ਕਿ ਆ ਵਾਲਾ ਠੀਕ ਹੈ ਜੀ ਆ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਜਿਹੜੀਆਂ ਲਾਈਨਾਂ ਹੁੰਦੀਆਂ ਨੇ ਐਵੇਂ 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 ਆ ਕਿੰਨੇ ਹੁੰਦੇ ਨੇ 24 ਹੁੰਦੀਆਂ ਹਨ ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ ਅੱਗੇ ਦੋਸਤੋ ਲੁੱਕ ਐਟ ਦਿਸ ਪਿਕਚਰ ਕੇਅਰਫੁਲੀ ਠੀਕ ਹੈ ਉਸ ਤੋਂ ਬਾਅਦ ਫਿਰ ਜਿਹੜੇ ਹੈਗਾ ਤੁਸੀਂ ਆਹ ਦੇਖ ਸਕਦੇ ਹੋ ਤੁਸੀਂ ਪਿਕਚਰ ਦੇਖ ਲਓ ਪਿਕਚਰ ਦੇ ਵਿੱਚ ਹੁਣ ਦਿਖਾਇਆ ਦਿਖਾ ਦਿੱਤਾ ਉਹਨਾਂ ਨੇ ਕੀ ਇਹ ਤਾਂ ਦੇਖੋ ਕੀ ਆਪਣਾ what is building show in the given picture ਇਹਨ ਕੀ ਭਈ ਜਿਹੜਾ ਹੈਗਾ ਵਾ ਤਸਵੀਰ ਵਿੱਚ ਦਿਖਾਈ ਗਈ ਇਮਾਰਤ ਕੀ ਹੈ ਤਾਂ ਇਸ ਅਨਸਰ ਆ ਜਾਏਗਾ ਆਪਣਾ ਜਲੀਆਂ ਵਾਲਾ ਬਾਗ ਆ ਤੁਹਾਡਾ ਇਹ ਅੱਗੇ ਦੂਸਰਾ ਪ੍ਰਸ਼ਨ ਦੇਖੋ ਕੀ ਇੱਥੇ ਆਪਣਾ ਹਾਂਜੀ ਦੂਸਰਾ ਪ੍ਰਸ਼ਨ ਤੁਸੀਂ ਖੁਦ ਹੀ ਰੀਡ ਆਊਟ ਕਰ ਲੈਣਾ ਵਾ ਵੇਅਰ ਇਜ਼ ਸਿਟਿਊਏਟਿਡ ਕਿੱਥੇ ਹੈ ਅੰਮ੍ਰਿਤਸਰ ਦੇ ਵਿੱਚ ਹੈ ਹੂ ਆਰਡਰਡ ਹਿਜ਼ ਰਾਈਫਲmen ਟੂ ਫਾਇਰ ਐਟ ਦਾ ਕਰਾਊਡ ਯਾਨੀ ਕਿ ਭਾਈ ਜਿਹੜਾ ਹੈਗਾ ਵਾ ਕਿਸ ਨੇ ਆਪਣੇ ਰਾਈਫਲmenਾਂ ਨੂੰ ਭੀੜ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਤਾਂ ਉਹ ਸੀਗਾ ਦੋਸਤੋ ਆਪਣਾ ਜਰਨਲ ਡਾਇਰ ਸੀਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੈਨ ਡਿਡ ਦਿਸ ਇਨਸੀਡੈਂਟ ਹਾਪਰ ਯਾਨੀ ਕਿ ਇਹ ਘਟਨਾ ਕਦੋਂ ਵਾਪਰੀ ਇਹ ਘਟਨਾ ਜਿਹੜੀ 1919 ਦੇ ਵਿੱਚ ਵਾਪਰੀ ਉਸ ਤੋਂ ਬਾਅਦ ਹੈ ਵਾਟ ਆਰ ਦਾ ਰਾਈਫਲmen ਡੂਇੰਗ ਇਨ ਦਾ 기ਵਨ ਪਿਕਚਰ ਯਾਨੀ ਕਿ ਭਾਈ ਦਿੱਤੀ ਤਸਵੀਰ ਵਿੱਚ ਰਾਈਫਲ ਠੀਕ ਹੈ ਜੀ ਤਾਂ ਇਹਦਾ ਆਨਸਰ ਜਿਹੜਾ ਹੈਗਾ ਵਾ ਕੀ ਆ ਜਾਏਗਾ ਆਪਣਾ ਆਰ ਹੈ ਫਾਇਰਿੰਗ ਔਨ ਦਾ ਇਨੋਸੈਂਟ ਕਰਾਊਡ ਯਾਨੀ ਕਿ ਉਹ ਨਿਰਦੋਸ਼ ਜਿਹੜੇ ਹੈਗੇ ਆ ਨਿਰਦੋਸ਼ ਭੀੜ ਤੇ ਜਿਹੜੀ ਹੈਗੇ ਗੋਲੀਬਾੜੀ ਕਰ ਰਹੇ ਹਨ ਉਸ ਤੋਂ ਬਾਅਦ ਦੋਸਤੋ ਆਹ ਤੁਹਾਡਾ ਦਿੱਤਾ ਹੋਇਆ ਵਾ ਤੁਸੀਂ ਇਸ ਨੂੰ ਵੀ ਰੀਡ ਆਊਟ ਕਰ ਲੈਣਾ ਵਾ ਰੋਡ ਸੇਫਟੀ ਬਾਰੇ ਹੈਗਾ ਵਾ ਠੀਕ ਹੈ ਇਹਨਾਂ ਦੇ ਪ੍ਰਸ਼ਨ ਇੱਥੇ ਲਿਖੇ ਹੋਏ ਹਨ ਤੇ ਇਹਨਾਂ ਦੇ ਆਨਸਰ ਵੀ ਦਿੱਤੇ ਹੋਏ ਹਨ ਆਹ ਰਿਹਾ ਦੂਸਰਾ ਪ੍ਰਸ਼ਨ ਦੂਸਰੇ ਦਾ ਆਨਸਰ ਇੱਥੇ ਆ ਤੀਸਰਾ ਪ੍ਰਸ਼ਨ ਤੀਸਰੇ ਦਾ ਆਨਸਰ ਆ ਰਿਹਾ ਇਸੇ ਪ੍ਰਕਾਰ ਇਹ ਸਾਰੇ ਤੁਹਾਡੇ ਦਿੱਤੇ ਹੋਏ ਹਨ ਆ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਗੋਲਡਨ य भी कर लेना वा नेम द प्लेस शो इन गिवन पिक्चर गोल्डन टैंपल आठ ठीक है जी यानी कि जो तस्वीर के दिखाया गया वा कित है य चंड है ठीक है जी तो मिडल दोस्तों जोड़ा है वा ये की है इट इज़ बिल्ट इन द मिडल ऑफ ठीक है यानी कि भाई ये जड़ा है वा, जड़ा है वा जड़ा है दे दे ये जो है मध्य मध्य बनाया गया है तो यह सिक्योर टैंक जो है वा वर्ग टैंक के बनाया गया है इट इज़ द होलियस्ट शराइन ऑफ शराइन ऑफ विच रिलीजन यही किस धर्म का सब तो पवित्र स्थान है ਤਾਂ ਸਿੱਖ ਵਾਟ ਇਜ਼ ਦਾ ਕਲਰ ਆਫ ਡੋਮ ਔਨ ਦਾ ਟੋਪ ਟੋਪ ਟ ਯਾਨੀ ਕਿ ਇਸ ਸਿਖਰ ਤੇ ਡੋਮ ਦਾ ਰੰਗ ਕੀ ਹੈ ਤਾਂ 골ਡਨ ਠੀਕ ਹੈ ਉਸ ਤੋਂ ਬਾਅਦ ਦੋਸਤੋ ਤੁਹਾਡੀ ਕੰਪਰੀਹੈਂਸ਼ਨ ਬੇਸਡ ਔਨ ਡਾਇਲੌਗ ਕਨਵਰਸੇਸ਼ਨ ਆ ਠੀਕ ਹੈ ਜੀ ਜਿਵੇਂ ਕਿ ਹਾ ਬੋਲਦਾ ਵਾ ਸਭ ਤੋਂ ਪਹਿਲਾਂ ਫਿਰ ਆ ਬੋਲੂਗਾ ਫਿਰ ਆ ਬੋਲੂਗਾ ਫਿਰ ਆ ਬੋਲੂਗਾ ਇਹ ਤੁਹਾਡੀ ਕਨਵਰਸੇਸ਼ਨ ਆ ਫਿਰ ਇਹਨੂੰ ਕਨਵਰਸੇਸ਼ਨ ਨੂੰ ਕਰਕੇ ਜਿਹੜਾ ਹੈਗਾ ਤੁਸੀਂ ਪ੍ਰਸ਼ਨਾਂ ਦੇ ਆਨਸਰ ਦੇਣੇ ਹਨ ਤਾਂ ਤੁਸੀਂ ਕੀ ਕਰਨਾ ਬਾਈ ਇਸ ਲਈ ਜਿਹੜਾ ਹੈਗਾ ਬਾਈ ਇਸ ਨੂੰ ਪੜ੍ਹ ਲਓ ਠੀਕ ਹੈ ਜੀ ਕਨਵਰਸੇਸ਼ਨ ਨੂੰ ਫਿਰ ਜਿਹੜੇ ਹੈਗਾ ਥੱਲੇ ਪ੍ਰਸ਼ਨਾਂ ਦੇ ਆਨਸਰ ਵੀ ਤੁਸੀਂ ਨੋਟ ਆ तो देखो नोट की है अनसिन पैसेज और फॉर कॉम्प्रीहेंशन अनसिन पोस्टर बेस्ड कॉम्प्रेंसन कॉम्प्रहेंसन बेस्ड ऑन डायलॉग कन्वर्सेशन इनका कोई भी गैस नहीं होता है uh, पेपर सेटर ये प्रश्न कहीं से भी डाल सकता है ठीक है उसके बाद हम अपना देखो की है सैक्शन बी या लिटरेचर आज तो जो कि पच्ची मार्क्स दी होनी है ये अपना देखो पहला प्रश्न की है इत हाँ जी की दिता है वह अपना वट मेड द नरेटर अनहैप्पी यानी कि किस गल जोड़े है गया? ਕਹਾਣੀਕਾਰ ਨੂੰ ਜਿਹੜਾ ਹੈਗਾ ਵਾ ਨਾਖੁਸ਼ ਕੀਤਾ ਤਾਂ ਇਹਦਾ ਆਨਸਰ ਹੈ ਆਪਣਾ ਦਾ ਲਿਮਿਟੇਸ਼ਨ ਆਫ ਹਾਂਜੀ ਆਫ ਆਰ ਔਨ ਕੰਪਿਊਟਰ ਮੇਡ ਦਾ ਨਰੇਟਰ ਅਨ ਹੈਪੀ ਯਾਨਕੀ ਉਸ ਦੇ ਆਪਣੇ ਕੰਪਿਊਟਰ ਦੀਆਂ ਸੀਮਾਵਾਂ ਨੇ ਕਹਾਣੀਕਾਰ ਨੂੰ ਨਾਖੁਸ਼ ਕੀਤਾ ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ ਵਟ ਵਾਸ ਦਾ ਨਰੇਟਰ ਬੈਸਟ ਵਿਦ ਠੀਕ ਹੈ ਜੀ ਯਾਨਕੀ ਭਾਈ ਕਹਾਣੀਕਾਰ ਕਿਸ ਚੀਜ਼ ਨਾਲ ਜਿਹੜਾ ਹੈਗਾ ਵਾ ਗ੍ਰਸਤ ਸੀ ਤਾਂ ਇਸ ਦਾ ਆਨਸਰ ਆ ਜਾਏਗਾ ਆਪਣਾ ਦਾ ਨਰੇਟਰ ਵਾਸ ਆਬੈਸਟ ਵਿਦ ਡੂਇੰਗ ਵਰਕ ਵਿਦ ਡੂਇੰਗ ਮੋਰ ਵਰਕ ਐਂਡ ਅਰਨਿੰਗ ਮੋਰ ਮਨੀ ਯਾਨੀ ਕਿ ਜਿਹੜਾ ਹੈਗਾ ਕਥਾਵਾਚਕਿਆ ਫਿਰ ਕਹਾਣੀਕਾਰ ਨੂੰ ਜ਼ਿਆਦਾ ਕੰਮ ਕਰਨ ਅਤੇ ਜ਼ਿਆਦਾ ਪੈਸਾ ਕਮਾਉਣ ਦਾ ਜਨੂਨ ਸੀ ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਦੇਖੋ ਕਿ ਆਪਣਾ ਵਟ ਵਰ ਟੂ ਫੀਚਰਸ ਆਫ ਬੈਲ ਕੰਪਿਊਟਰ ਦੈਟ ਵਰ ਬੀਂਗ ਐਡਵਰਟਾਈਜ਼ਡ ਔਨ ਟੀਵੀ ਯਾਨੀ ਕਿ ਭਈ ਬੈਲ ਕੰਪਿਊਟਰ ਦੀਆਂ ਕਿਹੜੀਆਂ ਦੋ ਵਿਸ਼ੇਸ਼ਤਾਵਾਂ ਸਨ ਜਿਨ੍ਹਾਂ ਦਾ ਟੀਵੀ 'ਤੇ ਇਸ਼ਤਿਹਾਰ ਦਿੱਤਾ ਜਾ ਰਿਹਾ ਸੀ ਤਾਂ ਇਸ ਪ੍ਰਸ਼ਨ ਦਾ ਆਨਸਰ ਹੈ ਆਪਣਾ ਇਟ ਹੈਡ ਫਾਸਟੇਟ ਪ੍ਰੋਸੈਸਰ ਐਂਡ ਹਾਈ ਸਟੋਰੇਜ ਯਾਨੀ ਕਿ ਭਈ ਜਿਹੜਾ ਹੈਗਾ ਵਾ ਕੀ ਹੈ ਇਸ ਆਨਸਰ ਕਿ ਭਈ ਉਹਦੇ ਜਿਹੜੇ ਹੈਗੇ ਆਪਣੇ ਸਭ ਤੋਂ ਤੇਜ਼ ਪ੍ਰੋਸੈਸਰ ਸੀ ਅਤੇ ਉੱਚ ਸਟੋਰੇਜ ਸੀ ਹਾਈ ਸਟੋਰੇਜ ਸੀ ਉਸ ਤੋਂ ਬਾਅਦ ਹੈ ਆਪਣਾ ਚੌਥਾ ਪ੍ਰਸ਼ਨ ਵਾਟ ਆਫਰ ਡਿਡ ਪੇਰੈਂਟਸ ਗਿਵ ਟੂ ਦਾ ਨਰੇਟਰ ਯਾਨੀ ਕਿ ਮਾਪਿਆਂ ਨੇ ਜਿਹੜਾ ਹੈਗਾ ਵਾ ਕਹਾਣੀਕਾਰ ਨੂੰ ਕੀ ਪੇਸ਼ਕਸ਼ ਕੀਤੀ ਤਾਂ ਇਸ ਦਾ ਆਨਸਰ ਜਿਹੜਾ ਹੈਗਾ ਵਾ ਹੈਗਾ ਵਾ ਕਿ ਦਾ ਪੇਰੈਂਟਸ ਆਫਰਡ ਹਰ ਟੂ ਹਾਂਜੀ ਹਰ ਟੂ ਅਰਨ ਮਨੀ ਬਾਏ ਡੂਇੰਗ ਹਾਊਸ ਜੌਬਸ ਯਾਨੀ ਕਿ ਬਈ ਜਿਹੜਾਗਾ ਮਾਤਾ ਪਿਤਾ ਨੇ ਉਸ ਨੂੰ ਜਿਹੜਾਗਾ ਵਾ ਘਰ ਦਾ ਕੰਮ ਕਰਕੇ ਪੈਸਾ ਕਮਾਉਣ ਦੀ ਪੇਸ਼ਕਸ਼ ਕੀਤੀ ਪੰਜਵਾਂ ਸਵਾਲ ਕੀ ਹੈ ਪੰਜਵਾਂ ਪ੍ਰਸ਼ਨ ਕੀ ਹੈ ਆਪਣਾ ਵਿੱਚ ਟੂ ਥਿੰਗਸ ਡਿਡ ਦਾ ਨਰੇਟਰ ਡੂ ਟੂ ਕੰਪਿਊਟਰ ਹਾਂਜੀ ਡੂ ਟੂ ਦਾ ਕੀ ਲਿਖਿਆ ਦੁਬਾਰਾ ਪੜੋ ਵਿੱਚ ਟੂ ਥਿੰਗਸ ਡਿਡ ਦਾ ਨਰੇਟਰ ਡੂ ਟੂ ਕੰਪਲੀਟ ਦਾ ਚੋਰਸ ਠੀਕ ਹੈ ਜੀ ਤੇ ਇਹ ਤੁਹਾਡਾ ਪ੍ਰਸ਼ਨ ਹੈ ਪੰਜਵਾਂ ਤਾਂ ਇਹਦਾ ਆਨਸਰ ਕੀ ਹੈ ਦਾ ਨਰੇਟਰ ਵਰਕ ਅਪ अर्ली ਐਂਡ ਵਰਕਡ Uh, हाँ जी टायरलैसली एवरी डे यानी कि बै जहा ने कम पूरे करने के केडियां, uh, कितियां, जी कि दो गल्तियां uh, ठीक है जी ठीक है तो यह आंसर की आ जाएगा अपना यह थोड़ा प्रश्न कहना पंव तो यह आंसर है अपना कि बई जो है वा uh, कहानीकार जल्दी उठता हर रोज़ अणथक मेहनत करता स उस तो बाद छेवें प्रश्न देखो की है वट हैपन वैन द नरेटर वेंट टू टू द स्टोर टू ऑर्डर द कंप्यूटर शी वोंटड ਬਈ ਜਿਹੜਾ ਹੈਗਾ ਵਾ ਜਦੋਂ ਬਿਰਤਾ ਜਿਹੜਾ ਆਪਣਾ ਕਹਾਣੀਕਾਰ ਠੀਕ ਹੈ ਉਸ ਕੰਪਿਊਟਰ ਨੂੰ ਆਰਡਰ ਕਰਨ ਲਈ ਸਟੋਰ ਤੇ ਗਿਆ ਤਾਂ ਕੀ ਹੋਇਆ ਤਾਂ ਇਸ ਦਾ ਅਨਸਰ ਹੈ ਦਾ ਸਟੋਰ ਆਫਰਡ ਹਰ ਦਾ ਅਪਕਮਿੰਗ ਬੈਟਰ ਕੰਪਿਊਟਰ ਦਾ ਸਟੋਰ ਆਫਰਡ ਹਰ ਦਾ ਅਪਕਮਿੰਗ ਬੈਟਰ ਕੰਪਿਊਟਰ ਬਈ ਜਿਹੜਾ ਹੈਗਾ ਸਟੋਰ ਨੇ ਉਸ ਨੂੰ ਆਉਣ ਵਾਲੇ ਬਿਹਤਰ ਕੰਪਿਊਟਰ ਦੀ ਪੇਸ਼ਕਸ਼ ਕੀਤੀ ਉਸ ਤੋਂ ਬਾਅਦ ਹੈ ਆਪਣਾ ਵਾਈ ਡਿਡ ਦ ਬੈਲ ਏਮਪਲੋਏ ਐਡਵਾਈਸ ਦਾ ਨਰੇਟਰ ਟੂ ਵੇਟ ਆਫ ਫਿਊ ਮੋਰ ਡੇਸ ਬਈ ਜਿਹੜਾ ਹੈਗਾ ਵਾ ਆਪਣਾ ਉਹ ਸੀਗਾ ਜਿਹੜੇ ਆਪਣੇ ਠੀਕੇ ਬੈਲ ਸੀ ਉਸਨੇ ਮੁਲਾਜ਼ਮ ਹਾਂਜੀ ਮੁਲਾਜ਼ਮ ਨੇ ਜਿਹੜਾ ਹੈਗਾ ਵਾ ਬੈਲ ਦੇ ਮੁਲਾਜ਼ਮ ਜਿਹੜੇ ਉਸ ਦੇ ਕਰਮਚਾਰੀ ਸੀਗੇ ਉਹਨਾਂ ਦੀ ਕਥਾ ਉਹਨੇ ਜਿਹੜਾ ਹੈਗਾ ਕਥਾ ਬਚ ਕੇ ਜਾਂ ਫਿਰ ਕਹਾਣੀਕਾਰ ਨੂੰ ਕੁਝ ਦਿਨ ਹੋਰ ਉਡੀਕ ਕਰਨ ਦੀ ਸਲਾਹ ਕਿਉਂ ਦਿੱਤੀ ਤਾਂ ਇਸ ਦਾ ਅਨਸਰ ਹੈ ਆਪਣਾ ਇਟ ਵਾਸ ਬਿਕੋਜ਼ ਅ ਨਿਊ ਮਾਡਲ ਆਫ ਕੰਪਿਊਟਰ ਵਾਸ ਕਮਿੰਗ ਆਊਟ ਸੂਨ ਠੀਕ ਹੈ ਇਹ ਇਸ ਲਈ ਕਿਉਂਕਿ ਜਿਹੜਾ ਹੈਗਾ ਵਾ ਕੰਪਿਊਟਰ ਦਾ ਨਵਾਂ ਮਾਡਲ ਜਲਦੀ ਹੀ ਸਾਹਮਣੇ ਆ ਰਿਹਾ ਸੀ ਜਾਂ ਫਿਰ ਆਉਣ ਵਾਲਾ ਸੀ ਅੱਗੇ ਲੈਸਨ 2 ਦੇ ਵਿੱਚੋਂ ਦਾ ਅਰਥ ਨੀਡਸ ਯੂ ਤਾਂ ਇਹਦੇ ਚੈਪਟਰ ਦੇ ਪ੍ਰਸ਼ਨ ਆ ਜਿਵੇਂ ਕਿ ਆਪਣਾ ਹੂ ਇਜ਼ ਯੂ ਇਨ ਦਾ ਫਰਸਟ ਲਾਈਨ ਯਾਨਕਿ ਭਈ ਪਹਿਲੀ ਪੰਕਤੀ ਵਿੱਚ ਜਿਹੜਾ ਯੂ ਆ ਇਹ ਕੌਣ ਹੈ ਤਾਂ ਦੋਸਤੋ ਇਸ ਦਾ ਆਨਸਰ ਹੈ ਯੂ ਇਜ਼ ਐਵਰੀ ਹਿਊਮਨ ਬੀਇੰਗ ਔਨ ਦਾ ਅਰਥ ਯਾਨਕਿ ਭਈ ਜਿਹੜਾ ਹੈਗਾ ਵਾ ਧਰਤੀ ਤੇ ਹਰ ਮਨੁੱਖ ਹੈ ਠੀਕ ਹੈ ਜੀ ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਯੂ ਕੌਣ ਹੈ ਇਹ ਜਿਹੜਾ ਹੈਗਾ ਵਾ ਧਰਤੀ ਤੇ ਹਰ ਮਨੁੱਖ ਹੈ ਵਾਟ ਡਸ ਦਾ ਅਰਥ ਵਾਂਟ ਫਰਮ ਹਿਊਮਨ ਬੀਇੰਗ ਯਾਨੀ ਕਿ ਭਈ ਧਰਤੀ ਮਨੁੱਖ ਤੋਂ ਕੀ ਚਾਹੁੰਦੀ ਹੈ ਤਾਂ ਇਹਦਾ ਅਨਸਰ ਹੈ ਆਪਣਾ ਦਾ ਅਰਥ ਵਾਂਟਸ ਹਿਊਮਨ ਬੀਇੰਗ ਟੂ ਚੇਂਜ देयर ਵੇਜ਼ ਆਫ ਲਿਵਿੰਗ ਐਂਡ ਸੇਵ ਦਾ ਅਰਥ ਯਾਨੀ ਕਿ ਧਰਤੀ ਚਾਹੁੰਦੀ ਹੈ ਕਿ ਮਨੁੱਖ ਆਪਣੇ ਰਹਿਣ ਸਹਿਣ ਦੇ ਤਰੀਕੇ ਬਦਲੇ ਤੇ ਧਰਤੀ ਨੂੰ ਜਿਹੜਾ ਹੈਗਾ ਵਾ ਬਚਾਵੇ ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਕੀ ਹੈ ਵਾਟ ਡਿਫਰੈਂਸ ਕੈਨ ਯੂ ਨੀਡ ਕੈਨ ਯੂ ਐਂਡ ਆਈ ਮੇਕ ਟੂ ਸੇਵ ਅਰਥ ਯਾਨੀ ਕਿ ਭਈ ਇਹਦੇ ਵਿੱਚ ਆ ਕਿਹਾ ਵਾ ਕਿ ਧਰਤੀ ਨੂੰ ਬਚਾਉਣ ਲਈ ਤੁਸੀਂ ਜਿਹੜਾ ਹੈਗਾ ਵਾ ਕੀ ਫਰਕ ਕਰ ਸਕਦੇ ਹੋ ਮੈਂ ਕੀ ਫਰਕ ਕਰ ਸਕਦੇ ਹਾਂ ਤਾਂ ਇਸ ਦਾ ਆਨਸਰ ਜਿਹੜਾ ਹੈਗਾ ਵਾ ਕੀ ਆ ਜਾਏਗਾ ਤੀਸਰੇ ਪ੍ਰਸ਼ਨ ਦਾ ਆਨਸਰ ਹੈ ਵੀ ਕੈਨ ਚੈੱਕ ਪੋਲੂਸ਼ਨ ਐਂਡ ਚੇਂਜ ਵੇਜ਼ ਕੌਜ਼ਿੰਗ ਪੋਲੂਸ਼ਨ ਯਾਨੀ ਕਿ ਭਈ ਜਿਹੜਾ ਹੈਗਾ ਸੀ ਪ੍ਰਦੂਸ਼ਣ ਦੀ ਜਾਂਚ ਕਰ ਸਕਦੇ ਹਾਂ ਤੇ ਪ੍ਰਦੂਸ਼ਣ ਪੈਦਾ ਕਰਨ ਦੇ ਤਰੀਕਿਆਂ ਨੂੰ ਬਦਲ ਸਕਦੇ ਹਾਂ ਉਸ ਤੋਂ ਬਾਅਦ ਚੌਥਾ ਪ੍ਰਸ਼ਨ ਤੁਸੀਂ ਰੀਡ ਆਊਟ ਕਰ ਲਓ ਠੀਕ ਹੈ ਜੀ ਪੰਜਵਾਂ ਪ੍ਰਸ਼ਨ ਰੀਡ ਆਊਟ ਕਰ ਸਕਦੇ ਹੋ ਛੇਵਾਂ ਸੱਤਵਾਂ ਅੱਠਵਾਂ ਇਹਨਾਂ ਦੇ ਆਨਸਰ ਵੀ ਨਾਲ-ਨਾਲ ਲਿਖੇ ਹੋਏ ਹਨ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਿਹ ਉਸ ਤੋਂ ਬਾਅਦ ਲੈਸਨ 3 ਦੇ ਵਿੱਚੋਂ ਦਾ 에ਜਡ ਮਦਰ ਤੈਨਾਂ ਸਰ ਵੀ ਦੋਸਤ ਤੁਸੀਂ ਰੀਡ ਆਊਟ ਕਰ ਸਕਦੇ ਹੋ ਉਸ ਤੋਂ ਬਾਅਦ ਆਪਣਾ ਅਸੰਤ ਰਵੀਦਾਸ ਜੀ ਤਾਂ ਇਹ ਵਾਲੇ ਜਿਹੜੇ ਹੈਗੇ ਪ੍ਰਸ਼ਨ ਦੇ ਜਿਹੜੇ ਆਪਣੇ ਤੁਹਾਡੇ ਚੈਪਟਰ ਉਹਨਾਂ ਦੇ ਪ੍ਰਸ਼ਨ ਰੀਡ ਆਊਟ ਕਰ ਸਕਦੇ ਹੋ ਵੈਰੀ ਇੰਪੋਰਟੈਂਟ ਹੈ ਤੁਹਾਡੇ ਪ੍ਰਸ਼ਨ ਆ ਤੇ ਅੱਗੇ ਆਪਣਾ ਡਾਉਨ ਜਿਹੜਾ ਹੈਗਾ ਵਾ ਆਪਣਾ ਡੋਂਟ ਕਿਊਟ ਠੀਕ ਹੈ ਜੀ ਲੈਸਨ ਨੰਬਰ 5 ਆ ਤੇ ਲੈਸਨ ਨੰਬਰ 6 ਦੋਸਤ ਦਾ 올ਡ ਸੈਜ਼ ਐਂਡ ਦਾ ਬ੍ਰਦਰ ਠੀਕ ਹੈ ਜੀ ਤੇ ਇਹ ਵੀ ਤੁਸੀਂ ਰੀਡ ਆਊਟ ਕਰ ਲਓ ਉਸ ਤੋਂ ਬਾਅਦ ਦੋਸਤੋ ਸੱਤਵਾਂ ਚੈਪਟਰ ਦਾ ਪੰਜਾਬ ਅਗਲੈਂਪੀਅਸ ਆ ਵੀ ਤੁਸੀਂ ਰੀਡ ਆਊਟ ਕਰ ਲੈਣਾ ਵਾ ਚੰਗੀ ਤਰ੍ਹਾਂ ਇਹ ਜਿਹੜਾ ਹੈਗਾ ਵਾ ਦੋਸਤੋ ਤੁਹਾਡੇ ਪੈਸੇਜ ਨੇ ਵੈਰੀ ਵੈਰੀ ਇੰਪੋਰਟੈਂਟ ਆ ਪੈਸੇਜ ਉਸ ਤੋਂ ਬਾਅਦ ਹੈ ਲੈਸਨ ਨੰਬਰ 9 ਦੇ ਵਿੱਚੋਂ ਚਾਰਜ ਫੋਰ ਲਵ ਉਸ ਤੋਂ ਬਾਅਦ ਹੈ ਤੁਹਾਡਾ 10ਵੇਂ ਚੈਪਟਰ ਦੇ ਵਿੱਚੋਂ ਸੇਫਟੀ ਵਾਈਲ ਡਰਾਈਵਿੰਗ ਉਸ ਤੋਂ ਬਾਅਦ ਦੇਖ ਸਕਦੇ ਹੋ ਦੋਸਤੋ ਲੈਸਨ 12ਵਾਂ ਵਾ ਮੈਕਰੋਪੋਲੋ ਠੀਕ ਹੈ ਜੀ ਮੈਕਰੋਪੋਲੋ ਆ ਠੀਕ ਹੈ ਜੀ who was ਮੈਕਰੋਪੋਲੋ ਮੈਕਰੋਪੋਲੋ ਵਾਸ ਮਰਚੈਂਟ ਐਂਡ ਐਡਵਰਟਾਈਜ਼ ਜਿਹੜਾ ਆਪ ਆਪਣਾ ਕੀ ਲਿਖਿਆ ਦੋਸ ਭਾਈ ਜਿਹੜਾ ਮਾਈਕਰੋ ਪੋਲਰ ਆ ਉਹ ਕੌਣ ਸੀ ਠੀਕ ਹੈ ਜੀ ਤਾਂ ਮਾਈਕਰੋ ਪੋਲਰ ਜਿਹੜਾ ਹੈਗਾ ਦੋਸਤੋ ਆਪਣਾ ਇੱਕ ਅ ਸੀਗਾ ਆਪਣਾ ਦੋਸਤੋ ਮਰਚੈਂਟ ਮਰਚੈਂਟ ਕੀ ਹੁੰਦਾ ਵਾ ਮਰਚੈਂਟ ਦਾ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਦੋਸਤੋ ਮਰਚੈਂਟ ਮਤਲਬ ਜਿਹੜਾ ਹੈਗਾ ਵਾ ਕੋਈ ਨਹੀਂ ਕਹਿ ਦਿੰਦੇ ਹੁੰਦੇ ਕਿ ਆਪਣਾ ਵਪਾਰਕ ਵਗੈਰਾ ਜਿਵੇਂ ਹੋ ਗਿਆ ਠੀਕ ਹੈ ਜੀ ਐਡਵੈਂਚਰ ਮਤਲਬ ਦੋਸਤੋ ਜਿਹੜਾ ਆਪਣਾ ਘੁੰਮਣ ਵਗੈਰਾ ਜਾਂਦਾ ਠੀਕ ਹੈ ਦੋਸਤੋ ਤੁਸੀਂ ਇਸ ਨੂੰ ਰੀਡ ਆਊਟ ਕਰ ਲੈਣਾ ਵਾ ਅੱਗੇ ਦੋਸਤੋ ਤੁਹਾਡੇ ਪ੍ਰਸ਼ਨ ਦਿੱਤੇ ਹੋਏ ਹਨ ਇਹਨਾਂ ਦਾ ਆਨਸਰ ਵੀ ਲਿਖਿਆ ਹੋਇਆ ਹੈ ਤੁਸੀਂ ਇਹਨਾਂ ਨੂੰ ਰੀਡ ਆਊਟ ਚੰਗੀ उस दोस्तो तो दोस्तों तेजे हाँ वर्ड मीनिंग दिते हुए नहीं तो सौखा ही ने जिमें कि प्रोसैसर का की होंगे वा कार्यों करन वाला एंट्री का मतलब प्रभावित करने वाला रिव्यू मतलब समीक्षा करना फीचर मतलब विशेषता अल्टीमेट मतलब उत्तम ठीक है जी तुम इसमें रीड आउट कर लेना वा चंकी तरह आैप्टर अकॉर्डिंग जोड़े है वर्ड मीनिंग दिते हुए जो कि दोस्तों काफ़ी ज़्यादा इंपोर्टेंट नेग्जाम के पॉइंट ऑफ व्यू तो ठीक है जी इस रीड आउट कर लेना वा फीलिंग का ब्लैक्स आ श्री गुरु अर्जन देव जी वाज़ फिफ्थ जगे आ ਹਾਂਜੀ uh, 5th of the ਸਿੱਖ ਠੀਕ ਹੈ ਜੀ ਯਾਨੀ ਕਿ ਪੰਜਵੇਂ ਗੁਰੂ ਸਾਹਿਬ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਇਸੇ ਪ੍ਰਕਾਰ ਦੋਸਤੋ ਸਾਰੇ ਹੀ ਆਨਸਰ ਦਿੱਤੇ ਹੋਏ ਹਨ 17 ਜੇਰੂਸਲੇਮ ਜੇਰੂਸਲੇਮ ਮੈਦਾ ਡੋਨੇਟ ਬਾਡੋਰ ਠੀਕ ਹੈ ਜੀ ਤਾਂ ਤੁਸੀਂ ਇਹਨਾਂ ਦੇ ਪ੍ਰਸ਼ਨ ਦੇ ਆਨਸਰ ਜਿਹੜਾ ਹੈਗਾ ਰੀਡਾਉਟ ਕਰ ਸਕਦੇ ਹੋ ਆਨਸਰ ਵੀ ਨਾਲ ਹੀ ਨਾਲ ਲਿਖੇ ਹੋਏ ਹਨ ਠੀਕ ਹੈ ਉਸ ਤੋਂ ਬਾਅਦ ਦੋਸਤੋ ਮੇਕ ਸੈਂਟੈਂਸ ਆ ਤੁਹਾਡਾ ਹੈ ਇਹ ਵੀ ਤੁਸੀਂ ਦੇਖ ਲੈਣਾ ਵਾ ਠੀਕ ਹੈ ਜੀ ਆ ਤੁਹਾਡੇ ਜਿਹੜੇ ਹੈਗੇ ਸੈਂਟੈਂਸ ਬਣਾਉਣੇ ਆ ਤੁਸੀਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਜਿਹੜਾ ਹੈਗਾ ਵਾ ਤਿਆਰ ਕਰ ਲੈਣਾ ਵਾ ਤਾਂ ਦੇਖ ਲਓ ਦੋਸਤੋ ਉਸ ਤੋਂ ਬਾਅਦ ਤੁਹਾਡੀ ਇਹ ਹੈਗੀ ਆ ਜਿਹੜੀ ਹੈਗੀ ਚੇਂਜ ਫੋਰ ਦਾ ਫਿ ਚੇਂਜ ਫੋਰ ਲਵ ਸੇਫਟੀ ਵਾਈਲ ਡਰਾਈਵਿੰਗ ਵਾਰਮਾ ਦਾ ਠਾਏਗਾ ਵਾ ਮੈਕਰੋ ਕੋਲੋ ਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਕੰਪਰੀਹੈਂਸਨ ਸਟੈਂਜਾ ਵਾ ਪੋਇਮ ਦੀ ਤਾਂ ਲੈਸਨ 2 ਦਾ ਅਰਥ ਨੀਡਸ ਯੂ ਦੇਖੋ ਆ ਤੁਸੀਂ ਰੀਡ ਆਊਟ ਕਰ ਲੈਣਾ ਵਾ ਠੀਕ ਹੈ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਤੁਹਾਡੇ ਪ੍ਰਸ਼ਨ ਦਿੱਤੇ ਹੋਏ ਹਨ ਜਿਵੇਂ ਕਿ ਪਹਿਲਾ ਪ੍ਰਸ਼ਨ ਆ ਰਿਹਾ ਪਹਿਲੇ ਪ੍ਰਸ਼ਨ ਦਾ ਅਨਸਰ ਕੀ ਆ ਜਾਊਗਾ ਪਹਿਲੇ ਪ੍ਰਸ਼ਨ ਦਾ ਅਨਸਰ ਹੈ ਆਪਣਾ ਦਾ ਅਰਥ ਨੀਡਸ ਅਸ ਟੂ ਚੇਂਜ आवर ਫਿਜ਼ਿਕ ਹਾਂਜੀ ਚੇਂਜ आवर ਵੇਵ ਰੈਗੂਲਰ ਟੂ ਸੇਵ ਅਰਥ ਠੀਕ ਹੈ ਤੁਸੀਂ ਇਸ ਨੂੰ ਰੀਡਾਉਟ ਕਰ ਲੈਣਾ ਵਾ ਉਸ ਤੋਂ ਬਾਅਦ ਜਿਹੜਾ ਹੈਗਾ ਆਪਣੇ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਆ ਤੁਹਾਡੇ ਜਿਹੜੇ ਹੈਗੇ ਆ ਉਹ ਨੇ ਸੈਂਟਰਲਾਈ ਸੌਰੀ ਸਟੈਂਜਾ ਜਿਹੜੀ ਹੁੰਦੀ ਆ ਤੁਹਾਡੀ ਉਹ ਆ ਆ ਜਿਵੇਂ ਕਿ ਤੁਹਾਡਾ ਪ੍ਰਸ਼ਨ ਦਿੱਤਾ ਹੋਇਆ ਹੈ ਪੈਰਾ ਜਾਂ ਫਿਰ ਇਸ ਨੂੰ ਛੋਟਾ ਜਿਹਾ ਕੁਝ ਕਹਿ ਸਕਦੇ ਹਾਂ ਪੈਰਾਗ੍ਰਾਫ ਵਾਂਗੂ ਤੇ ਉਸ ਤੋਂ ਬਾਅਦ ਇਹਨਾਂ ਦੇ ਪ੍ਰਸ਼ਨ ਆ ਰਹੇ ਵਾਟ ਇਜ਼ ਲਾਈਫ ਫੁੱਲ ਆਫ ਠੀਕ ਹੈ ਵਾਟ ਇ ਡਸ एवरीवन ऑफ अस ਸਮ ਟਾਈਮ ਲਰਨ ਠੀਕ ਹੈ ਜੀ ਤਾਂ ਤੁਸੀਂ ਇਸ ਨੂੰ ਰੀਡ ਆਊਟ ਕਰ ਲੈਣਾ ਵਾ ਚੰਗੀ ਤਰ੍ਹਾਂ ਆ ਤੁਹਾਡੇ ਇੰਪੋਰਟੈਂਟ ਇੰਪੋਰਟੈਂਟ ਹੈਗੇ ਆ ਓਕੇ ਕਿਉਂਕਿ 2024 ਦਾ ਹੀ ਗੈਸ ਪੇਪਰ ਆ ਕੋਈ ਪੁਰਾਣਾ ਗੈਸ ਪੇਪਰ ਨਹੀਂ ਹੈਗਾ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਤਿਆਰ ਕਰ ਲੈਣਾ ਵਾ ਟਾਈਮ ਦੀ ਸ਼ਾਰਟੇਜ ਆ ਇਸ ਲਈ ਦੋਸਤੋ ਮੈਂ ਜਲਦੀ ਜਲਦੀ ਤੁਹਾਨੂੰ ਇਹਦੇ ਆਨਸਰ ਹੀ ਦਿਖਾ ਰਿਹਾ ਵਾਂ ਖੁਦ ਰੀਡ ਆਊਟ ਨਹੀਂ ਕਰ ਰਿਹਾ ਟਾਈਮ ਦੀ ਕਾਫੀ ਜ਼ਿਆਦਾ ਸ਼ਾਰਟੇਜ ਆ ਇਸ ਲਈ ਦੋਸਤੋ ਇੰਨਾ ਜ਼ਿਆਦਾ ਟਾਈਮ ਨਹੀਂ ਲੱਗ ਪਾਇਆ ਕਿ ਇਸ ਨੂੰ ਜਿਹੜਾ ਹੈਗਾ ਪੂਰਾ ਐਕਸਪਲੇਨ ਕਰੀਏ ਤੁਸੀਂ ਇਹਨੂੰ ਇੱਕ ਵਾਰੀ ਨਿਗਰ ਮਰ ਲੈਣੀਆ ਕਿਉਂਕਿ ਤੁਹਾਡੇ ਕੋਲ ਗਾਈਡ ਜਾਂ ਪੁਸਤਕ ਵਗੈਰਾ ਹੋਏਗੀ ਤਾਂ ਤੁਸੀਂ ਉਹਦੇ ਵਿੱਚੋਂ ਵੀ ਯਾਦ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਔਖਾ ਲੱਗੇ ਠੀਕ ਹੈ ਜੀ ਚੰਗੀ ਤਰ੍ਹਾਂ ਤੁਸੀਂ ਜਿਹੜਾ ਹੈਗਾ ਵਾ ਇਹ ਦੇਖ ਲੈਣਾ ਵਾ ਆ ਤੁਹਾਡੇ ਪ੍ਰਸ਼ਨ ਨੇ ਉਸ ਤੋਂ ਬਾਅਦ ਤੁਹਾਡਾ ਸੈਕਸ਼ਨ ਸੀ ਐਬੋਕੈਬਲਰੀ ਗ੍ਰਾਮਰ ਟਰਾਂਸਲੇਸ਼ਨ ਐਂਡ ਕੰਪਰੀਹੈਂਸ਼ਨ ਤੁਸੀਂ ਦੇਖ ਸਕਦੇ ਹੋ ਗਰੁੱਪ ਆਫ ਵਰਡ ਫਰੇਸਸ ਠੀਕ ਹੈ ਤਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਵਾ ਰੀਡ ਆਊਟ ਕਰ ਲੈਣਾ ਵਾ ਇਹਨਾਂ ਦੇ ਵਿੱਚੋਂ ਹੀ ਦੋਸਤੋ ਤੁਹਾਡੇ ਜਿਹੜੇ ਗਿਆ 8ਵੀਂ ਜਮਾਤ ਵਾਲਿਆਂ ਦੇ ਪੇਪਰ ਆ ਜਾਣਗੇ तो दोस्तों दोस्तोंख सकते हो मेक सेंटेंस ऑफ ईडियम यानी कि जोड़ा है वाईडियम मतलब क्या वा मुहावरे ती बी आ, बी एट अराउंड हाँ जी बी एट अराउंड द बुश ठीक है जी तो एवरी क्लाउड हैज़ ए सिल्वर आ, लाइनिंग ठीक है ये तो तो दोस्तों कर लेना वा उसते तो तो हुए हैं थले ਠੀਕ ਹੈ ਜੀ ਤਾਂ ਤੁਸੀਂ ਚੰਗੀ ਤਰ੍ਹਾਂ ਇਹਨਾਂ ਦੇ ਆਹ ਦੇਖ ਸਕਦੇ ਹੋ ਇਹਨਾਂ ਦੇ ਆਨਸਰ ਜਿਹੜੇ ਕਿ ਇੱਥੇ ਲਿਖੇ ਹੋਏ ਹਨ ਆ ਤੁਹਾਡੇ ਨਾਉਨ ਨੇ ਗਿਵਨ ਵਰਡਸ ਇਹਨਾਂ ਦੇ ਆਨਸਰ ਵੀ ਨਾਲ-ਨਾਲ ਲਿਖੇ ਹੋਏ ਹਨ ਆ ਤੁਹਾਡੀਆਂ ਹੁਣ ਜਿਹੜੇ ਨੇ ਡੂ ਐਸ ਡਾਇਰੈਕਟਡ ਨੇ ਜਿਵੇਂ ਕਿ ਇਹਨਾਂ ਦੇ ਆਨਸਰ ਆ ਦਿੱਤੇ ਹੋਏ ਹਨ ਅਫਰਮੇਟਿਵ ਆ ਹੈ ਅਸਰੈਟਿਵ ਆ ਇੰਪ੍ਰਿਮੇਟਿਵ ਆ ਠੀਕ ਹੈ ਜੀ ਤੇ ਆ ਇਹਨਾਂ ਦੇ ਦਿੱਤੇ ਹੋਏ ਹਨ ਵਿੱਚ ਟਾਈਪ ਆਫ ਸੈਂਟੈਂਸ ਤੁਹਾਨੂੰ ਪੁੱਛੇ ਹੋਇਆ ਇਹਨਾਂ ਦੇ ਆਨਸਰ ਵੀ ਨਾਲ-ਨਾਲ ਲਿਖੇ ਹੋਏ ਹਨ ਤੁਸੀਂ ਚੰਗੀ ਤਰ੍ਹਾਂ ਜਿਹੜਾ ਹੈਗਾ ਇਹਨਾਂ ਨੂੰ ਦੇਖ ਲੈਣਾ ਵਾ ਟਾਈਮ ਦੀ ਸ਼ਾਰਟੇਜ ਕਰਕੇ ਦੋਸਤੋ ਅਸੀਂ ਜ ਇਨਨ ਐਕਸਪਲੇਨ ਅਜੇ ਫਿਲਹਾਲ ਨਹੀਂ ਕਰ ਸਕਦੇ ਕਿਉਂਕਿ ਦੋਸਤੋ ਟਾਈਮ ਬਹੁਤ ਜਿਹੜਾ ਘੱਟ ਰਹਿ ਗਿਆ ਵਾ ਪੇਪਰ ਵੀ ਤੁਹਾਡਾ ਕੱਲ ਹੀ ਆ ਤੇ ਇਸ ਲਈ ਆਪਾਂ ਇਸ ਨੂੰ ਜਲਦੀ ਜਲਦੀ ਕਰਾ ਰਹੇ ਹਾਂ ਉਸ ਤੋਂ ਬਾਅਦ ਡਿਟਰਮੀਨਰ ਆ ਤੁਹਾਡੇ ਜਿਵੇਂ ਕਿ ਆਈ ਵੈਂਟ ਟੂ ਡੈਸ਼ ਵਿੰਡੋ ਵਿੱਚ ਕਮਾਂਡਡ ਆ ਲਾਰਜ ਗ੍ਰੀਨ ਗਾਰਡਨ ਤਾਂ ਇੱਥੇ ਆ ਜਾਏਗਾ ਆਪਣਾ ਦਾ ਠੀਕ ਹੈ ਆਈ ਵੈਂਟ ਟੂ ਦਾ ਵਿੰਡੋ ਮਸਤਬਾ ਦੋਸਤੋ ਤੁਹਾਡੇ ਸਾਰੇ ਦਿੱਤੇ ਹੋਏ ਹਨ ਇਹਨਾਂ ਦੇ ਆਨਸਰ ਇੱਥੇ-ਇੱਥੇ ਦਿੱਤੇ ਹੋਏ ਹਨ ਤੁਸੀਂ ਰੀਡ ਆਊਟ ਕਰ ਲੈਣਾ ਭਾਈ ਇਹਨਾਂ ਨੂੰ ਆ ਤੁਹਾਡੇ ਫਿਰ ਹੁਣ ਵਰਬ ਦਿੱਤੇ ਹੋਏ ਆ ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਨੇ ਟ੍ਰਾਂਜ਼ੀਟਿਵ ਤੇ ਇਨ आ दतियां हुईं इन्हों भी रीड आउट कर लेना वा कि ट्रांजेटिव आहड़ा इनट्रांजेटिव आई इस प्रश्न का आंसर रीड आउट कर लेना वा चंगी तरह उस तो बादपो हाँ जी जे तो हुए हैं इतने अपना फरिंग ऑफ लैंग्एज अप्रोप्रिएट डिग्री ऑफ अप एडजैक्टिव गिवन इन ब्रैकट जिमें कि इतने दिता हुआ टेल ठीक है जी सॉरी टॉल तो इतने टॉल ही रहेगा टॉल द टॉल बिल्डिंग का बिल्डिंग सॉरी बिल्डिंग का इतने जोड़ा है ब्यूटीफुल आीक है जी तो इसका ब्यूटीफुल ब्यूटीफुल हो जाएगा ਉਸ ਤੋਂ ਬਾਅਦ ਦੋਸਤੋ ਜਿਵੇਂ ਕਿ ਆ ਤੁਹਾਡਾ ਲੌਂਗਾ ਲੌਂਗ ਦਾ ਕੀ ਹੋ ਜਾਏਗਾ ਲੌਂਗਰ ਇਸੇ ਤਰ੍ਹਾਂ ਕਰ ਸਾਰੇ ਅਨਸਰ ਦਿੱਤੇ ਹੋਏ ਹਨ ਤੁਸੀਂ ਇਸ ਨੂੰ ਰੀਡ ਆਊਟ ਕਰ ਲੈਣਾ ਵਾ ਉਸ ਤੋਂ ਬਾਅਦ ਦੋਸਤੋ ਇਹ ਤੁਹਾਡੇ ਇਹ ਜੇ ਹੋ ਗਏ ਪਿਕ ਆਊਟ ਦਾ ਗ੍ਰੇਨਿਉਡਾ ਠੀਕ ਹੈ ਜੀ ਗ੍ਰੇਨਿਉਡ ਵੀ ਤੁਸੀਂ ਕਰ ਲੈਣਾ ਵਾ ਉਸ ਤੋਂ ਬਾਅਦ ਤੁਹਾਡੀ ਇਹ ਬ੍ਰੈਕਟ ਸਿਲੈਕਟ ਦਾ ਕਰੈਕਟ ਵਰਬ ਫਰਮ ਬ੍ਰੈਕਟ ਠੀਕ ਹੈ ਜੀ ਗ੍ਰੇਨਿਉਡ ਦੇ ਵਿੱਚ ਆ ਤੁਹਾਡਾ ਦਿੱਤੇ ਹੋਏ ਹਨ ਅਨਸਰ ਇਹਨਾਂ ਦੇ ਤੇ ਇਹਨਾਂ ਦੇ ਅਨਸਰ ਜਿਵੇਂ ਕਿ ਇੱਥੇ ਆ ਦੇਖੋ ਲਾਈਵ ਲਾਈਵਸ ਹੈਬ ठीक है जी एना दोनों के आएगा हैव आएगा इतने हैव आ जाएगा इतने दोस्तों आर आ जाएगा बाय अनिल आर रियली उस तो बाद दोस्तों सारे तो दिते हुए हैं जिमें कि स्लो एंड स्टडी विन्स द रेस ठीक है जी इस प्रकार दोस्तों तो सारे आंसर दते हुए हैं तो इसमें डिउट कर लेना वा उसत दोस्तों तो फिलिंग का बलैंक विद करैक्ट फॉर्म ऑफ बब प्रेजेंट कंटिन्यूज और प्रजेंट सिंपल सिंपल ठीक है जी तो इस भी देख लेना वा ये आंसर इतने दिता हुआ है डू नॉट प्लेइंग टू दिल्ली ठीक है जी तो यह आंसर बैकेट है दिता इन कट के एवें इतने फिल्म फिलिंग द बलैक्स इतने आ फिल कर लेना वा डू नॉट बिलोंग टू दिल्ली अगे अपना दोस्तों हाँ जी की दिता है वा कि हरी द बस इज़ कमिंग ठीक है जी द बस इज़ कमिंग इस प्रकार दोस्तों सारे आंसर इतने दते हुए तुम इस चंकी तरह देख लेना वा उसतों थले भी थोड़े आह दिते हुए हैं ठीक है कंटिन्यूअस कं पास्ट सिंपल पास्ट पास्ट कंटीन्यूअस पास्ट परफेक्ट फॉर्म ठीक है, है देविच 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 नाल वेरी वेरी जी ਇਹਨਾਂ ਦੇ ਆਨਸਰ ਵੀ ਨਾਲ ਹੀ ਨਾਲ ਦਿੱਤੇ ਹੋਏ ਹਨ ਤੁਸੀਂ ਚੰਗੀ ਤਰ੍ਹਾਂ ਜਿਹੜੇ ਹੈਗਾ ਨੀਤੀ ਰੀਡਿੰਗ ਲੈ ਲੈਣੀ ਆ ਉਸ ਤੋਂ ਬਾਅਦ ਚੇਂਜ ਦਾ ਵਾਇਸ ਆ ਆ ਤੁਹਾਡਾ ਦਿੱਤਾ ਹੋਇਆ ਐਕਟਿਵ ਦੇ ਵਿੱਚ ਸਾਨੂੰ ਪੈਸੇਜ ਦੇ ਵਿੱਚ ਕਨਵਰਟ ਕਰਨਾ ਵਾ ਇਹ ਵੀ ਤੁਸੀਂ ਨਾਲ ਹੀ ਨਾਲ ਦੇਖ ਲੈਣੇ ਆ ਵੈਰੀ ਵੈਰੀ ਇੰਪੋਰਟੈਂਟ ਨੇ ਦੋਸਤੋ ਇਹਨਾਂ ਦੇ ਵਿੱਚ ਉਹ ਹੀ ਜਿਹੜਾ ਹੈਗਾ ਵਾ ਪੈਸੇਜ ਜਿਹੜਾ ਹੈਗਾ ਆ ਜਾਂਦਾ ਤੁਹਾਡਾ ਠੀਕ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਹੈ ਤੁਹਾਡੇ ਜਿਹੜੇ ਹੈਗੇ ਆ ਕਿਨੇ ਐਕਟਿਵ ਪੈਸਿਵ ਵਾਇਸ ਆ ਉਸ ਤੋਂ ਬਾਅਦ ਸਟੇਟ ਵੈਦਰ ਦਾ ਅੰਡਰਲਾਈਨਡ ਵਰਡ ਇਜ਼ ਐਡਜੈਕਟਿਵ অর ਅਡਵਰਬ हाँ जिम्मे कि ब्यूटीफुल एडजेक्टिव आ ब्यूटीफुल आ है इस प्रकार दोस्तों सारे देख लेने राइट द मीनिंग ऑफ फॉलिंग फरेसल हाँ जी बब जिम्मे कि सैट अबाउट लाइट का आ जाएगा स्टार्ट डूइंग समथिंग हैव अ वे पर्टीकुलर टैलेंट टू डू समथिंग इस प्रकार दोस्तों थले भी दे हुए हैं और यही हम फॉर्मेसन ऑफ अडब्स दिते हुए हैं जिम्मे कि स्ट्रोंग का किया जाएगा स्ट्रोंगली संसियअर आएगा संसियरली स्लो दलोली बिजी का आएगा बिजली तो इसमें अडॉप कर लेना वा चाहे इसका फॉलिंग ਸੈਟ ਟਿਪ ਸੈਂਟੈਂਸ ਇੰਟੂ ਐਕਸ ਹਾਂਜੀ ਐਕਸ ਕਲੋਰੋਮੈਟਰੀ ਸੈਂਟੈਂਸ ਠੀਕ ਹੈ ਜੀ ਤੁਸੀਂ ਇਸ ਨੂੰ ਜਿਵੇਂ ਕਿਹਾ ਹੀ ਇਜ਼ ਟ੍ਰੂਲੀ ਨੋਬਲ ਤਾਂ ਇਸ ਨੂੰ ਲਿਖਾਂਗੇ ਹਾਊ ਨੋਬਲ ਹੀ ਇਜ਼ ਇਸੇ ਪ੍ਰਕਾਰ ਦੋਸਤੋ ਤੁਹਾਡੇ ਸਾਰੇ ਸੈਂਟੈਂਸ ਦਿੱਤੇ ਹੋਏ ਹਨ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਵਾ ਰੀਡ ਆਊਟ ਕਰ ਲੈਣਾ ਵਾ ਕਿਉਂਕਿ ਦੋਸਤੋ ਟਾਈਮ ਦੀ ਕਾਫੀ ਜ਼ਿਆਦਾ ਸ਼ਾਰਟੇਜ ਹੈ ਇਸ ਲਈ ਦੋਸਤੋ ਸੀਸੀ ਨੂੰ ਐਕਸਪਲੇਨ ਹਜੇ ਕਰਨ ਦੇ ਵਿੱਚ ਆਨੇਬਲ ਠੀਕ ਹੈ ਜੀ ਤਾਂ ਦੇਖੋ ਐਪਲੀਕੇਸ਼ਨ ਲੈਟਰ ਆ ਤੁਹਾਡੇ ਦਿੱਤੀਆਂ ਹੋਈਆਂ ਹਨ राइट एन एप्लीकेशन टू द प्रिंसिपल आस्किंग फॉर स्कूल लिविंग सर्टिफिकेट बाई स्कूल छेड का सर्टिफिकेट मंगल डी प्रिंसिपल में करजी लिखो आई एम स्टूडेंट जिम्मे कि सब तो पहला यहाँ लिख दी पी एस स्कूल लुधियाना सिटी सर आई एम स्टूडेंट ऑफ क्लास एट्थ ऑफ यूर स्कूल माई फादर हैज़ बिन ट्रांसफर्ड टू एक्स वाई जेड सिटी ही इज़ टू रिपोर्ट फॉर ड्यूटी देयर विद इन थ्री थ्री डेज ऑल मैंबर ऑफ अवर फैमिल आर लिविंग टुमोरो यानी कि मैं तो स्कूल का अठवीं uh, जमात का विद्यार्थी हाँ ਠੀਕ ਹੈ ਮੇਰੇ ਪਿਤਾ ਜੀ ਦੀ XYZ ਕਿਸੇ ਵੀ ਸ਼ਹਿਰ ਵਿੱਚ ਤਬਦਲਾ ਹੋ ਗਿਆ ਹੈ ਉਸ ਉਹਨਾਂ ਨੇ ਜਿਹੜਾ ਹੈਗਾ ਤਿੰਨ ਦਿਨਾਂ ਵਿੱਚ ਉੱਥੇ ਡਿਊਟੀ ਤੇ ਰਿਪੋਰਟ ਕਰਨੀ ਹੈ ਸਾਡਾ ਜਿਹੜਾ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਕੱਲ ਨੂੰ ਜਾ ਰਹੇ ਹਨ ਮਾਈ ਪੇਰੈਂਟਸ ਟੂ ਡੂ ਨੋਟ ਵਿਸ਼ ਮੀ ਜੋਇਨ ਹੌਸਟਲ ਆਈ ਏਮ ਸੌਰੀ ਟੂ ਲੀਵ ਯੋਰ ਗੁੱਡ ਸਕੂਲ ਬਟ ਆਈ ਏਮ ਹੈਲਪਲੈਸ ਠੀਕ ਹੈ ਜੀ ਆਈ ਏਮ ਹੈਲਪਲੈਸ ਆਈ ਸ਼ਲ ਹੈਵ ਟੂ ਜੋਇਨ ਸਮ ਸਕੂਲ ਟੂ XYZ ਸਿਟੀ ਯਾਨੀ ਕਿ ਭਈ ਕੀ ਹੈ ਮੇਰੇ ਮਾਤਾ ਪਿਤਾ ਜਿਹੜੇ ਹੈਗੇ ਨਹੀਂ ਚਾਹੁੰਦੇ ਕਿ ਮੈਂ ਹੌਸਟਲ ਵਿੱਚ ਜਾਵਾਂ ਤੇ ਤੁਹਾਡੇ ਜਿਹੜੇ ਕੇ ਚੰਗੇ ਸਕੂਲ ਛੱਡਣ ਦਾ ਮੈਨੂੰ ਅਫਸੋਸ ਹੈ ਅ ਪਰ ਮੈਂ ਬੇਵਸ ਹਾਂ ठीक है जी एक्स वाई जेड शहर के किसी स्कूल में शामिल होना पवेगा मैनू जिथे भी मैं जाव आई हैव पेड ऑल ड्यूज़ मई बई सारा बकाया मैं अदा कर देता है जेडे मेरे फीस वगैरह अदा जिम्मे होंगी का कइंडली शू माई स्ूल लिविंग सर्टिफिकेट ऑम्बलीग यानी कि कृपा करके मेरा स्कूल छेडने का सर्टिफिकेट दिया जाए ठीक है जी उस तो बाद जो है वा आई शैल बी थैंकफुल टू योर फॉर दिस यानी कि बई इसलिए मैं धनवादी होवगा धनवादी यानी कि थोड़ा है यूर यानी कि बई थोड़ा आगेकारी ठीक है जी ए बी सी रोल नंबर क्लास फिफ्थ ਸੌਰੀ uh, 8th A ਉਸ ਤੋਂ ਬਾਅਦ ਦੋਸਤੋ ਰਾਈਟਨ ਐਪਲੀਕੇਸ਼ਨ ਤੁਹਾਡੀ ਜਿਹੜੀ ਦਿੱਤੀ ਹੋਈ ਹੈ ਤੁਹਾਡੀ ਇਦੇ ਵਿੱਚ ਕੀ ਆ ਜਿਹੜਾ ਹੈਗਾ ਤੁਹਾਨੂੰ ਰਾਈਟ ਇਨ ਅਪਰੈਸੈਂਟ ਟੂ ਪ੍ਰਿੰਸੀਪਲ ਆਫ ਅਸਕਿੰਗ ਐਗਜ਼ੈਂਪਸ਼ਨ ਫਰਮ ਐਗਜ਼ਾਮੀਨੇਸ਼ਨ ਯਾਨੀ ਕਿ ਭਈ ਇਮਤਿਹਾਨ ਤੋਂ ਜੜੇ ਕੇ ਛੋੜ ਦੀ ਮੰਗ ਕਰਨ ਲਈ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਕਰਜੀ ਲਿਖੋ ਤੁਸੀਂ ਇਸ ਨੂੰ ਰੀਡਾਪਟ ਕਰ ਲੈਣਾ ਵਾ ਮੈਂ ਪੰਜਾਬੀ ਦੱਸ ਦੇਣਾ ਇਸ ਵਿੱਚ ਇਹੀ ਲਿਖਿਆ ਹੋਇਆ ਹੈ ਕਿ ਮੈਂ ਤੁਹਾਡੇ ਸਕੂਲ ਦਾ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਸਾਡੀਆਂ ਦੋ ਮਾਸਿਕ ਪ੍ਰੀਖਿਆਵਾਂ ਨਵੰਬਰ 1 20 ਤੋਂ ਜਿਹੜੇ ਕਿ ਸ਼ੁਰੂ ਹੋ ਰਹੀਆਂ ਹਨ ਠੀਕ ਹੈ ਜੀ ਸਰ ਮੈਂ ਹਮੇਸ਼ਾ ਸਾਰੀਆਂ ਪ੍ਰੀਖਿਆਵਾਂ ਵਿੱਚ ਪਹਿਲੇ ਨੰਬਰ ਤੇ ਰਹਿੰਦਾ ਹਾਂ ਮੇਰੀ ਭੈਣ ਦਾ ਵਿਆਹ 5 ਨਵੰਬਰ 20 ਨੂੰ ਪੈ ਰ ਪਰੀਖਿਆ ਨਹੀਂ ਦੇ ਸਕਦਾ ਹਾਂ ਇਸ ਵਾਰ ਮੈਂ ਤਾਂ ਅਨੁਭਿੰਦੀ ਕਰਦਾ ਹਾਂ ਕਿ ਮੈਂ ਪ੍ਰੀਖਿਆ ਤੇ ਛੋਟ ਦਿੱਤੀ ਜਾਵੇ ਮੈਨੂੰ ਮੈਂ ਤੁਹਾਡਾ ਬਹੁਤ ਹੀ ਧੰਨਵਾਦੀ ਹੋਵਾਂਗਾ ਤੁਸੀਂ ਇਸ ਨੂੰ ਡਿਰੋਟ ਕਰ ਲੈਣਾ ਵਾ ਉਸ ਤੋਂ ਬਾਅਦ ਦੋਸਤੋ ਲੈਟਰ ਟੂ ਯੰਗਰ ਬ੍ਰਦਰ ਔਨ ਸਕਸੈਸ ਠੀਕ ਹੈ ਜੀ ਯਾਨਕੀ ਜਿਹੜਾ ਹੈਗਾ ਸਫਲਤਾ ਤੇ ਆਪਣੇ ਛੋਟੇ ਭਰਾ ਨੂੰ ਜਿਹੜਾਗਾ ਪੱਤਰ ਲਿਖੋ ਇਹਦੇ ਵਿੱਚ ਵੀ ਮੈਂ ਦੋਸਤੋ ਤੁਹਾਨੂੰ ਮੈਨ ਮੈਨ ਦੱਸ ਦੇਣਾ ਹਾਰਟਿਸ ਕੰਗ੍ਰੈਚੁਲੇਸ਼ਨ ਔਨ ਅਚੀਵਿੰਗ ਬ੍ਰਿਲिएंट ਸਕਸੈਸ ਇਨ ਯਰ ਬੋਰਡ ਐਗਜ਼ਾਮੀਨੇਸ਼ਨ ਯਾਨਕੀ ਤੁਹਾਡੀ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਨ ਲਈ ਜਿਹੜਾਗਾ ਵਾ ਦਿਲ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਨਤੀਜੇ ਦੀ ਖਬਰ ਪ੍ਰਾਪਤ ਕਰਕੇ ਬਹੁਤ ਖੁਸ਼ ਹੋਵੋਗੇ ਤੁਸੀਂ ਆਪਣੇ ਰਾਜ ਵਿੱਚ ਯਾਨੀ ਕਿ ਸਟੇਟ ਵਿੱਚ ਪਹਿਲੇ ਸਥਾਨ ਤੇ ਰਹੇ ਹੋ ਇਹ ਤੁਹਾਡੀ ਮਿਹਨਤ ਦਾ ਨਤੀਜਾ ਹੈ ਮੈਨੂੰ ਤੁਹਾਡੇ ਸੱਚਮੁੱਚ ਤੇ ਜਿਹੜਾ ਹੈਗਾ ਬਹਾਮਾਨ ਹੈ ਤੁਹਾਡੇ ਮਾਪੇ ਵੀ ਬਹੁਤ ਖੁਸ਼ ਹੋਣਗੇ ਜੇਕਰ ਤੁਸੀਂ ਇਸ ਤਰ੍ਹਾਂ ਮਿਹਨਤ ਕਰਦੇ ਰਹੋਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਸਫਲ ਇਨਸਾਨ ਜਿਹੜਾ ਹੈਗਾ ਬਣੋਗੇ ਮੈਂ ਤੁਹਾਨੂੰ ਤੁਹਾਡੇ ਭਵਿੱਖ ਵਿੱਚ ਬਹੁਤ ਹੀ ਸਫਲਤਾ ਦੀ ਕਾਮਨਾ ਕਰਦਾ ਹਾਂ ਤੁਹਾਡਾ ਦਿਲੋਂ ਯਰ ਸੈਂਸਰਲੀ ਯਾਨੀ ਕਿ ਜਿਹੜਾ ਹੈਗਾ ਤੁਹਾਡਾ ਦਿਲੋਂ ਏ ਬੀ ਸੀ ਠੀਕ ਹੈ ਉਸ ਤੋਂ ਬਾਅਦ ਦੋਸਤੋ ਕੀ ਹੈ ਰਿਕੁਐਸਟਿੰਗ ਅੰਕਲ ਟੂ ਬਾਈ ਨਿਊ ਬਾਈਸਾਈਕਲ ਯ ਵਾ ਸਾਈਕਲ ਜਿਹੜਾ ਹੈਗਾ ਵਾ ਖਰੀਦਣ ਲਈ ਜਿਹੜਾ ਹੈਗਾ ਵਾ ਬੇਨਤੀ ਪੱਤਰ ਕਰੋ ਤੁਸੀਂ ਇੱਥੇ ਜਿਹੜਾ ਹੈਗਾ ਵਾ ਰੀਡ ਆਊਟ ਕਰ ਲੈਣਾ ਵਾ ਠੀਕ ਹੈ ਜੀ ਯੂ ਵਿਲ ਗਲੈਡ ਟੂ ਨੋ ਥੈਟ ਆਈ ਹੈਵ ਪਾਸਟ ਮਾਈ ਸੈਵਨਥ ਕਲਾਸ ਆਈ ਗਾਟ 85 ਪਰਸੈਂਟ ਮਾਰਕਸ ਯਾਨਕਿ ਭਾਈ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਸਤਵੀਂ ਜਮਾਤ ਜਿਹੜੀ ਹੈਗੀ ਪਾਸ ਕਰ ਲਈ ਹੈ ਠੀਕ ਹੈ ਮੈਨੂੰ 85 ਪਰਸੈਂਟ ਅੰਕ ਮਿਲੇ ਹਨ ਠੀਕ ਹੈ ਜੀ ਤੇ ਹੋਰ ਕੀ ਲਿਖਿਆ ਇਹਦੇ ਵਿੱਚ ਕਿ ਹੁਣ 8ਵੀਂ ਜਮਾਤ ਵਿੱਚ ਹਾਂ ਅੰਕਲ ਤੁਸੀਂ ਜਾਣਦੇ ਹੋ ਕਿ ਮੇਰਾ ਸਕੂਲ ਘਰ ਲਗਭਗ ਸਕੂਲ ਘਰ ਤੋਂ ਜਿਹੜਾ ਹੈਗਾ ਲਗਭਗ ਜਿਹੜਾ ਹੈਗਾ 2 ਕਿਲੋਮੀਟਰ ਦੀ ਦੂਰੀ ਤੇ ਹੈ ਕਦੇ-ਕਦੇ ਮੈਂ ਜਿਹੜਾ ਹੈਗਾ ਕਦੇ-ਕਦਾਈ ਮੈਂ ਜਿਹੜਾ ਹੈਗਾ ਵਾ ਹੌਸਲਾ ਨਹੀਂ ਕਰਦਾ ਹਾਂ ਠੀਕ ਹੈ ਜੀ ਕਦੇ-ਕਦੇ ਮੈਂ ਹੌਸਲਾ ਨਹੀਂ ਕਰਦਾ ਹਾਂ ਤੇ ਸਕੂਲ ਲਈ ਲੇਟ ਹੋ ਜਾਂਦਾ ਹਾਂ ਪੈਦਲ ਹੀ ਸਕੂਲ ਜਾਣਾ ਤੇ ਵਾਪਸ ਆਉਣਾ ਤਾਂ ਹ ਅਸਮਾਹ ਬਹੁਤ ਲੱਗ ਜਾਂਦਾ ਹੈ ਮੈਂ ਆਪਣੀ ਮਿਡਲ ਸਕੂਲ ਦੀ ਪ੍ਰੀਖਿਆ ਲਈ ਸਖਤ ਮਿਹਨਤ ਕਰਨਾ ਚਾਹੁੰਦਾ ਹਾਂ ਇਸ ਲਈ ਮੈਂ ਆਪਣੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਕਿਰਪਾ ਕਰਕੇ ਕਮਿਊਨਿਟੀ ਨਵਾਂ ਸਾਈਕਲ ਖਰੀਦ who has met with uh, met with an accident ਯਾਨੀ ਕਿ ਉਸ ਦੋਸਤ ਨੂੰ ਜੋ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ ਉਹਦੇ ਬਾਰੇ ਆ ਦੋਸਤੋ ਕਿ ਅ ਦੇਖ ਸਕਦੇ ਹੋ ਕਿ ਇਹ ਦੇ ਵਿੱਚ ਆਪਣਾ ਹਾਂਜੀ ਯੋਰ ਫਰੈਂਡ ਨਿਰੰਜਨ ਹੈਜ਼ ਮੈਟ ਵਿਦ ਐਕਸੀਡੈਂਟ ਰਾਈਟ ਅ ਲੈਟਰ ਟੂ ਅ ਫਰੈਂਡ ਟੂ ਇਨਕੁਆਇਰ ਅਬਾਊਟ ਹਿਸ ਕੰਡੀਸ਼ਨ ਯਾਨਕਿ ਭਈ ਤੁਹਾਡਾ ਦੋਸਤ ਜਿਹੜਾ ਨਿਰੰਜਨ ਆ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਆਪਣੇ ਦੋਸਤ ਨੂੰ ਉਸ ਦੀ ਹਾਲਤ ਬਾਰੇ ਪੁੱਛਣ ਲਈ ਜਿਹੜਾ ਹੈਗਾ ਇੱਕ ਚਿੱਠੀ ਲਿਖੋ ਤਾਂ ਦੇਖੋ ਇਸ ਦੇ ਵਿੱਚ ਕੀ ਲਿਖਿਆ ਹੋਆ ਸੰਜੇ ਟੋਲਡ ਮੀ ਦੈਟ ਉੱਪਰਲੇ ਜਿਹੜਾ ਹੈਗਾ ਤੁਸੀਂ ਖੁਦ ਹੀ ਦੇਖ ਲੈਣਾ ਵਾ ਦੇਖੋ ਕੀ ਹੈ ਸੰਜੇ ਟੋਲਡ ਮੀ ਦੈਟ ਯੂ ਮੈਟ ਵਿਦ ਐਨ ਐਕਸੀਡੈਂਟ ਲਾਸਟ ਵੀਕ ਯਾਨਕਿ ਭਈ ਜਿਹੜਾ ਹੈਗਾ ਵਾ ਸੰਜੇ ਨੇ ਮੈਨੂੰ ਦੱਸਿਆ ਕਿ ਪਿਛਲੇ ਜਿਹੜ ਹੋ ਗਏ ਹੂੰ ਇਟ ਵਾਸ ਇਨਡੀਡ ਇਟ ਵਾਸ ਇਨਡੀਡ ਅ ਸ਼ੌਕ ਫੋਰ ਮੀ ਯਾਨਕੀ ਭਈ ਇਹ ਸੱਚਮੁੱਚ ਮੇਰੇ ਲਈ ਇੱਕ ਝਟਕਾ ਸੀ ਉਸਨੇ ਮੈਨੂੰ ਦੱਸਿਆ ਕਿ ਤੁਸੀਂ ਹਸਪਤਾਲ ਵਿੱਚ ਹੋ ਜਦੋਂ ਤੁਸੀਂ ਬਾਹਰ ਜਾਂਦੇ ਤਾਂ ਤੁਸੀਂ ਹਮੇਸ਼ਾ ਹੀ ਬਹੁਤ ਸਾਵਧਾਨ ਰਹਿੰਦੇ ਹੋ ਇਹ ਸਭ ਕਿਵੇਂ ਹੋਇਆ ਹੁਣ ਤੁਸੀਂ ਕਿਵੇਂ ਹੂੰ ਡਾਕਟਰ ਤੁਹਾਡੀਆਂ ਸੱਟਾਂ ਬਾਰੇ ਕੀ ਕਹਿੰਦਾ ਹੈ ਮੈਨੂੰ ਯਕੀਨ ਹੈ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਤੁਸੀਂ ਜਲਦੀ ਹੀ ਘਰ ਜਾ ਜਾਓਗੇ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੈ ਇਹ ਐਤਵਾਰ ਨੂੰ ਤੁਹਾਨੂੰ ਮੈਂ ਕਰਾਂਗਾ ਐਤਵਾਰ ਨੂੰ ਜਿਹੜਾ ਹੈਗਾ ਤੁਹਾਨੂੰ ਮਿਲਣ ਲਈ ਆਮੰਗਾ ਤੁਹਾਨੂੰ ਸ਼ੁਭਕਾਮਨਾ ਦਿੰਦਾ ਹੈ ਆਮੰਗਾ ਠੀਕ ਹੈ ਤੇ ਉਸ ਤੋਂ ਬਾਅਦ ਯਰ ਸਪੀਡੀ ਮਤਲਬ ਤੁਸੀਂ ਜਲਦੀ ਜਿਹੜਾ ਹੈਗਾ ਠੀਕ ਹੋਮੋ ਤੁਹਾਡਾ ਦਿਲੋ ਠੀਕ ਹੈ ਜੀ ਅਰਨਵ ਉਸ ਤੋਂ ਬਾਅਦ ਦੋਸਤੋ ਕੀ ਆਪਣਾ ਇਨਵਾਈਟਿੰਗ ਫਰੈਂਡ ਟੂ ਯਰ ਬ੍ਰਦਰ मैरिज यानी कि भाई जो है वा अपने भरा के विहि दोस्तों जो है सदा देने अपने भराहे दोस्त सदा देने जोड़ा है पत्र लिखो तो दोस्तों चलो देखिए कि यू विल बी गलेट टू नो दैट द मैरिज ऑफ माई एल्डर ब्रदर विल टेक प्लेस ऑन सितंबर तई आई इनवाइट टू तो जॉइन अस on this happy occasion ਠੀਕ ਹੈ ਓਕਾਸ਼ਨ ਤਾਂ ਦੇਖੋ ਕਿ ਇਹ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੇਰੇ ਵੱਡੇ ਭਰਾ ਦਾ ਵਿਆਹ 23 ਸਤੰਬਰ ਨੂੰ ਹੋਵੇਗਾ ਮੈਂ ਤੁਹਾਨੂੰ ਇਸ ਖੁਸ਼ੀ ਦੇ ਮੌਕੇ ਸਾਡੇ ਨਾਲ ਜਿਹੜਾ ਹੈ ਜੁੜਨ ਲਈ ਸੱਦਾ ਦਿੰਦਾ ਹਾਂ ਠੀਕ ਹੈ ਯੂ نو ਮਾਈ ਫਾਦਰ ਇਜ਼ ਐਨ 올ਡ ਮੈਨ ਤੁਸੀਂ ਜਾਣਦੇ ਹੋ ਕਿ ਮੇਰੇ ਪਿਤਾ ਇੱਕ ਬੁੱਢੇ ਆਦਮੀ ਹਨ ਉਹਨਾਂ ਦੀ ਜੇ ਠੀਕ ਹੈ ਸਿਹਤ ਵੀ ਠੀਕ ਨਹੀਂ ਰਹੀ ਨਹੀਂ ਰਹਿੰਦੀ ਹੈ ਉਹ ਸਾਰੇ ਪ੍ਰਬੰਧ ਨਹੀਂ ਕਰ ਸਕਦੇ ਹਨ ਇਸ ਲਈ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਕਿਰਪਾ ਕਰਕੇ ਕੁਝ ਦਿਨ ਪਹਿਲਾਂ ਇੱਥੇ ਪਹੁੰਚ ਜਾਓ ਮੈਂ ਤੁਹਾਡੀ ਬੇਸਬਰੀ ਨਾਲ ਉਡੀਕ ਕਰਾਂਗਾ ਕਿਰਪਾ ਕਰਕੇ ਮੈਨੂੰ ਦੱਸੋ ਕਿ ਤੁਸੀਂ ਕਦੋਂ ਆ ਰਹੇ ਹੋ ਪਿਆਰ ਦੇ ਨਾਲ ਯੋਰ ਸਿਨਸਰਲੀ ਯਾਨੀ ਕਿ ਜਿਹੜਾ ਹੈਗਾ ਬਾ ਦਿਲੋ ਤੁਹਾਡਾ ਠੀਕ ਹੈ ਜੀ ਤਾਂ ਇਹ ਤੁਹਾਡਾ ਦਿੱਤਾ ਹੋਇਆ ਵਾ ਏ ਬੀ ਸੀ ਉਸ ਤੋਂ ਬਾਅਦ ਦੇਖੋ ਕਿ ਯਰ ਰਾਈਟ ਅ ਲੈਟਰ ਟੂ ਯਰ ਕਜ਼ਨ ਟੂ ਟੈਲ ਹਿਮ ਅਬਾਊਟ ਦਾ ਨਿਊ ਮੋਬਾਈਲ ਫੋਨ ਦੈਟ ਯੂ ਆਰ going to buy ਠੀਕ ਹੈ ਜੀ ਯਾਨੀ ਕਿ ਵੀ ਆਪਣੇ ਚਚੇਰੇ ਭਰਾ ਨੂੰ ਉਸ ਨੂੰ ਨਵੇਂ ਮੋਬਾਈਲ ਫੋਨ ਬਾਰੇ ਦੱਸਣ ਲਈ ਜਿਹੜਾ ਇੱਕ ਪੱਤਰ ਲਿਖੋ ਜੋ ਤੁਸੀਂ ਅਖਰੀਦਣ ਜਾ ਰਹੇ ਹੋ ਤੁਸੀਂ ਇਸ ਨੂੰ ਖੁਦ ਆਪਣੇ ਕਾਪੀ ਆ ਫਿਰ ਬੁੱਕ ਦੇ ਵਿੱਚੋਂ ਕਰ ਲੈਣਾ ਵਾ ਅੱਗੇ ਇਹ ਪੈਰਾਗ੍ਰਾਫ ਤੁਹਾਡਾ ਦਿੱਤਾ ਹੋਇਆ ਵਾ ਤਾਂ ਪੈਰਾਗ੍ਰਾਫ ਦੋਸਤੋ ਕੀ ਹੈ ਆ ਪਿਕਨਿਕ ਦਾ ਤੇ ਆ ਇੰਡੀਅਨ ਫਾਰਮਰ ਠੀਕ ਹੈ ਜੀ ਤੁਸੀਂ ਇਸ ਨੂੰ ਰੀਡ ਆਊਟ ਕਰ ਲੈਣਾ ਵਾ ਚੰਗੀ ਤਰ੍ਹਾਂ ਇਹਨਾਂ ਦੇ ਵਿੱਚੋਂ ਹੀ ਤੁਹਾਡਾ ਜਿਹੜਾ ਹੈਗਾ ਪੈਰਾਗ੍ਰਾਫ ਵੀ ਆ ਜਾਏਗਾ ਇਟ ਵਾਸ ਸੰਡੇ ਮਾਰਨਿੰਗ ਠੀਕ ਹੈ ਯਾਨੀ ਕਿ ਭਈ ਜਿਹੜਾ ਹੈਗਾ ਵਾ ਅੱਜਵਾਰ ਦੀ ਸਵੇਰ ਮੌਸਮ ਠੰਡਾ ਤੇ ਸੁਹਾਵਣਾ ਸੀ ਬਈ ਦਾ ਵ ਯਾਨਕੀ ਠੰਡਾ ਅਤੇ ਸੁਹਾਵਣਾ ਸੀ ਮਾਈ ਫਰੈਂਡ ਐਂਡ ਆਈ ਡਿਸਾਈਡਡ ਟੂ ਗੋ ਫੋਰ ਆ ਪਿਕਨਿਕ ਯਾਨੀ ਕਿ ਬਾਈ ਮੈਂ ਤੇ ਮੇਰੇ ਦੋਸਤ ਇੱਕ ਮੈਂ ਤੇ ਮੇਰੇ ਦੋਸਤ ਨੇ ਇੱਕ ਜਿਹੜਾ ਹੈਗਾ ਵਾ ਪਿਕਨਿਕ ਤੇ ਜਾਣ ਦਾ ਜਿਹੜਾ ਹੈਗਾ ਫੈਸਲਾ ਕੀਤਾ ਹੈ ਪਿਕਨਿਕ ਅਸੀਂ ਜਿਹੜਾ ਹੈਗਾ ਵਾ 15 ਮੁੰਡਿਆਂ ਦੀ ਪਾਰਟੀ ਸੀ ਠੀਕ ਹੈ ਜੀ ਪਿਕਨਿਕ ਦੇ ਵਿੱਚ ਦੋਸਤੋ ਕੀ ਸੀਗਾ ਆਪਣਾ ਪਾਰਟੀ ਸੀ 15 ਬੋਏਜ਼ ਦੀ ਵੀ ਟੁੱਕ ਫੂਡ ਫਰੂਟਸ ਐਂਡ ਸਵੀਟਸ ਕੋਲਡ ਡਰਿੰਕਸ ਵਿਦ ਅਸ ਬਾਈ ਜਿਹੜਾ ਹੈਗਾ ਕੀ ਆ ਅਸੀਂ ਭੋਜਨ ਨੂੰ ਫਲ ਮਿਠਾਈਆਂ ਤੇ ਕੋਲਡ ਡਰਿੰਕਸ ਆਪਣੇ ਨਾਲ ਲੈ ਗਏ ਠੀਕ ਹੈ ਤੁਸੀਂ ਇਸ ਨੂੰ ਰਿਡਰਟ ਕਰ ਲੈਣਾ ਵਾ ਪੂਰਾ ਉਸ ਤੋਂ ਬਾਅਦ ਦੋਸਤੋ ਆ ਇੰਡੀਅਨ ਫਾਰਮਰ ठीक है जी ये आउट कर लेना इंडिया इज़ लैंड ऑफ विलेज यानी कि भाई जो है भारतीय पिंड की जी धरती है उस तो बाद लिखे कि मोस्ट ऑफ द विलेज विलेजर्स आर फार्मर यानी कि भाई ज़्यादातर लोग किसान हैं अदेयर देयरफॉर एग्रीकल्चर प्लेस द मोस्ट इंपॉर्टेंट रोल इन द इंडियन इकोनोमी ਯਾਨਕੀ ਇਸ ਲਈ ਖੇਤੀਬਾੜੀ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਭਾਰਤੀ ਆਰਥਿਕਤਾ ਵਿੱਚ ਠੀਕ ਹੈ ਇਸ ਨੂੰ ਭਾਰਤੀ ਅਰਥਚਾਰੇ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ ਇਹ ਦੇਸ਼ ਦੀ ਆਰਥਿਕਤਾ ਨੂੰ ਖੁਸ਼ਹਾਲ ਰੱਖਦਾ ਹੈ ਖੇਤੀਬਾੜੀ ਨਾਗਰੀਕਾਂ ਨੂੰ ਭੋਜਨ ਪ੍ਰਦਾਨ ਕਰਦੀ ਹੈ ਲਗਭਗ 40% ਭਾਰਤੀ ਕਿਸਾਨ ਆਪਣੇ ਗੁਜ਼ਾਰਾ ਕਰਦੇ ਹਨ ਇਹ ਰੁਜ਼ਗਾਰ ਪ੍ਰਦਾਨ ਕਰਦਾ ਹੈ ਖੇਤੀ ਰਾਹੀਂ ਸਿੱਧੇ ਤੌਰ ਤੇ ਜਿਹੜਾ ਬਹੁਤ ਸਾਰੇ ਲੋਕ ਵੀ ਜਿਹੜੇ ਗਿਆ ਸਮੂਚੇ ਭਾਰਤੀ ਕਿਸਾਨ ਤੇ ਕਿਸਾਨ ਇਕੱਠੇ ਸ਼ੁਰੂ ਰੱਖਣ ਅਹ ਠੀਕ ਹੈ ਜੀ ਰੱਖਣ ਆਰਥਿਕਤਾ ਜਿੰਦਾ ਹੈ ਠੀਕ ਹੈ ਜੀ ਕਿਸਾਨ ਆਪਣੇ ਖੇਤਾਂ ਵਿੱਚ ਸਖਤ ਮਿਹਨਤ ਕਰਕੇ ਵਕ ਵਕ ਫਸਲ ਲਗੋੰਦੀ ਹਨ ਇਸ ਲਈ ਭਾਰਤੀ ਕਿਸਾਨ ਸਹਿਸ ਤੇ ਸਮਾਜ ਵਿੱਚ ਮਹੱਤਵਪੂਰਨ ਸਥਾਨ ਹੈ ਉਹ ਭਾਰਤ ਦੀ ਰੀੜ ਦੀ ਹੱਡੀ ਹੈ ਯਾਨੀ ਹੀਜ਼ ਬੈਕ ਇਜ਼ ਦਾ ਬੈਕਬੋਨ ਆਫ ਇੰਡੀਆ ਠੀਕ ਹੈ ਜੀ ਹੀਜ਼ ਦਾ ਬੈਕਬੋਨ ਆਫ ਇੰਡੀਆ ਆਵਰ ਸਕੂਲ ਲਾਇਬ੍ਰੇਰੀ ਯਾ ਦੋਸਤੋ ਠੀਕੋ ਕਿ ਸਕੂਲ ਇਜ਼ ਅ ਟੈਂਪਲ ਆਫ ਲਰਨਿੰਗ ਯਾਨੀ ਕਿ ਬਈ ਜਿਹੜਾ ਹੈਗਾ ਤੁਹਾਡਾ ਸਕੂਲ ਆ ਠੀਕ ਹੈ ਜੀ ਉਹ ਵਿਦਿਆ ਦਾ ਮੰਦਿਰ ਹੈ ਇੱਕ ਲਾਇਬ੍ਰੇਰੀ ਯਾਨੀ ਕਿ ਅ ਲਾਇਬ੍ਰੇਰੀ ਇਜ਼ ਅ ਆਲਟਰ इन इट यानी कि एक लाइब्रेरी जड़ेगा इस वि एक जी पूजा का स्थान है यह माई स्कूल हैज़ अ बिग लाइब्रेरी माय स्कूल हैज़ अ बिग लाइब्रेरी यानी कि बी मेरे स्कूल में एक वही लाइब्रेरी है एक कोने रखा गया है ठीक है ये एक कोने रखा गया होया है कोने स्थित है ठीक है जी अलमीरा जो है सैकड़े किताबा हैं पुस्तकों पुस्तकों विषय ਅਨੁਸਾਰ ਰੱਖੀਆਂ ਗਈਆਂ ਹਨ ਇਹਨਾਂ ਵਿੱਚ ਕਹਾਣੀਆਂ ਦੇ ਬਹੁਤ ਸਾਰੀਆਂ ਜਿਹੜੀ ਕਿਤਾਬਾਂ ਹਨ ਲਾਇਬ੍ਰੇਰੀ ਵਿੱਚ ਬਹੁਤ ਸਾਰੇ ਅਖਬਾਰ ਹਨ ਤੇ ਰਸਾਲੇ ਹਨ ਅੰਗਰੇਜ਼ੀ ਹਿੰਦੀ ਪੰਜਾਬੀ ਵਿੱਚ ਹਨ ਉੱਥੇ ਬਹੁਤ ਸਾਰੇ ਜਿਹੜੇ ਮੁੰਡੇ ਕੁੜੀਆਂ ਕਿਤਾਬਾਂ ਪੜਨ ਜਾਂਦੇ ਹਨ ਸਾਰੇ ਵਿਦਿਆਰਥੀ ਕੋਲ ਪਛਾਣ ਪੱਤਰ ਹੈ ਉਹ ਲਾਇਬ੍ਰੇਰੀ ਲਾਇਬ੍ਰੀਅਨ ਕੋਲ ਜਿਹੜਾ ਕੇ ਜਾਂਦੇ ਹਨ ਤੇ ਉਸਦੇ ਕਿਤਾਬਾਂ ਲੈਂਦੇ ਹੋਏ ਲਾਇਬ੍ਰੇਰੀ ਨੂੰ ਬਹੁਤ ਜਿਹੜਾ ਕਮਦਕਾਰ ਮਦਦਕਾਰ ਅਤੇ ਦਿਆਲੂ ਕੋਮਲ ਹੈ ਠੀਕ ਹੈ ਜੀ ਉਹ ਲਾਇਬ੍ਰੇਰੀ ਵਿੱਚ ਸੰਪੂਰਨ ਅਨੁਸ਼ਾਸਨ ਕਾਇਮ ਰੱਖ ਰੱਖਦੇ ਹਨ ਅਸੀਂ ਆਪਣੇ ਮੁਫਤ ਪ੍ਰੇਡਿਆਂ ਵਿੱਚ ਲਾਇਬ੍ਰੇਰੀ ਦਾ ਦੌਰਾ ਕਰਦੇ ਹਾਂ ਅਤੇ ਉਹ ਅਖਬਾਰਾ ਜਾ ਕੇ ਕ ਲਾਈਬ੍ਰੇਰੀ ਵਿੱਚ ਅਸਲ ਸਾਡੇ ਲਈ ਜਿਹੜਾ ਕੋ ਬਹੁਤ ਹੀ ਲਾਭਦਾਇਕ ਹੈ ਤੇ ਸਾਰੇ ਵਿਦਿਆਰਥੀਆਂ ਲਈ ਲਾਈਬ੍ਰੇਰੀ ਨੂੰ ਪਸੰਦ ਕਰਦੇ ਹਨ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਤੁਹਾਡਾ ਦੇਖੋ ਕੀ ਆਪਣਾ ਸਟੋਰੀ ਰਾਈਟਿੰਗ ਦਾ ਵੈਨ ਸਟੈਗ ਠੀਕ ਹੈ ਜੀ ਕਹਾਣੀ ਲਿਖਣਾ ਯਾਨੀ ਕਿ ਵਿਅਰਥ ਸਟੈਗ ਤਾਂ ਦੇਖੋ ਕੀ ਆਪਣਾ ਇੱਥੇ ਵਾਂਸ देयर वाज ਅ ਸਟੈਗ ਹੀ ਵਾਸ ਡਰਿੰਕਿੰਗ ਵਾਟਰ ਐਟ ਪੂਲ ਯਾਨੀ ਕਿ ਇੱਕ ਵਾਰੀ ਹੰਗਾਮਾ ਹੋਇਆ ਉਹ ਇੱਕ ਤਲਬ ਵਿੱਚ ਪਾਣੀ ਪੀ ਰਿਹਾ ਸੀ ਠੀਕ ਹੈ ਜੀ ਹੀ ਇਜ਼ ਅ ਰਿਫਲੈਕਸ਼ਨ ਇਨ ਦਾ ਵਾਟਰ ਯਾਨੀ ਕਿ ਉਸਨੇ ਪਾਣੀ ਵਿੱਚ ਆਪਣਾ ਪ੍ਰਤੀਬਿੰਬ ਦੇਖਿਆ ਉਸਨੇ ਆਪਣੇ ਜਿਹੜੇ ਹੈਗਾ ਸਿੰਘਾਂ ਨੂੰ ਦੇਖਿਆ ਉਹ ਸੋਹਣੇ ਲੱਗ ਰਹੇ ਸਨ ਉਹ ਬਹੁਤ ਹੀ ਖੁਸ਼ ਸੀ ਫਿਰ ਉਸਨੇ ਆਪਣੀ ਲੱਤਾਂ ਵੱਲ ਦੇਖਿਆ ਉਹ ਬਹੁਤ ਬਦਸੂਰਤ ਸੀ ਇਸ ਲਈ ਉਹ ਵਨ ਗਿਆ ਅਤੇ ਬਹੁਤ ਉਦਾਸ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਕੀ ਆਪਣਾ ਜਸਟਿਸ ਦੈਨ ਹੀ ਸੋ ਅ ਸਮ ਹਾਉਂਡਸ ਯਾਨੀ ਕਿ ਜਿਹੜਾ ਹੈਗਾ ਉਦੋਂ ਉਹ ਉਦੋਂ ਜਿਹੜਾ ਹੈਗਾ ਵਾ ਉਦੋਂ ਹੀ ਉਸਨੇ ਜਿਹੜਾ ਕੁਝ ਸ਼ਿਕਾਰੀ ਦੇਖੇ ਠੀਕ ਹੈ ਜੀ ਹੀ ਰਨ ਅਵੇ ਜਿਹੜਾ ਹੈਗਾ ਵਾ ਉਹ ਭੱਜ ਗਿਆ ਉਹ ਇੰਨੀ ਤੇਜ਼ੀ ਨਾਲ ਦੌੜਿਆ ਕਿ ਜਿਨ੍ਹਾਂ ਨੂੰ ਉਸ ਦੀਆਂ ਲੱਤਾਂ ਉਸ ਨੂੰ ਜਿਹੜੇ ਚੱਕ ਸਕਦੀਆਂ ਸਨ ਜਲਦੀ ਹੀ ਉਸ ਦੇ ਸਿੰਘਾਂ ਝਾੜੇ ਵਿੱਚ ਫਸ ਗਿਆ ਉਸਨੇ ਉਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਬੇਅਰਥ ਰਿਹਾ ਸ਼ਿਕਾਰੀਆ ਨੇ ਉਸ ਨੂੰ ਫੜ ਲਿਆ ਉਹਨਾਂ ਨੇ ਉਸ ਨੂੰ ਜਿਹੜਾ ਪਾੜ ਦਿੱਤਾ ਉਸ ਦੀਆਂ ਜਿਹੜੀਆਂ ਬਕਸੂਰੇ ਲੱਤਾਂ ਨੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਸੁੰਦਰ ਸਿੰਘਾਂ ਨੇ ਉਸ ਦੀ ਮੌਤ ਨੂੰ ਅਲਿਆ ਦਿੱਤਾ ਠੀਕ ਹੈ ਜੀ ਤਾਂ ਕੀ ਬਣ ਗਿਆ ਤੁਹਾਡਾ ਮੋਰਲ ਪ੍ਰਾਈਡ ਹੈਥ ਪ੍ਰਾਈਡ ਹੱਥ ਐ ਫਾਲ ਯਾਨੀ ਕਿ ਜਿਹੜਾ ਹੈਗਾ ਵਾ ਹੰਕਾਰ ਵਿੱਚ ਗਿਰਾਵਟ है उस तो बाद दोस्तों की अपना डेस्टिनी ऑफ डोंकी ठीक है जी की लिखा दोस्तों अपना डेस्टिनी ऑफ डोंकी यानी कि जोड़ा है एक गधे की किस्मत तो देखो की अपना अ गार्डनर हैड अ टू लोड हिज फ्लावर इन हिम एंड गो अराउंड टू सेल दैम वन ठीक है जी वन डे द डोंकी था थाउट दैट इज मास्टर मेड हिम ओवर वर्क मतलब कि एक बारी बार हंगामा जोड़ा है अपना ਇਕ ਕਮਾਲੀ ਨੂੰ ਆਪਣੇ ਫੁੱਲ ਉਸ ਵਿੱਚ ਠੀਕ ਹੈ ਜੀ ਕੀ ਹੋਇਆ ਕਿ ਕਮਾਲੀ ਨੂੰ ਆਪਣੇ ਫੁੱਲ ਉਸ ਵਿੱਚ ਲੱਦ ਕੇ ਵੇਚਣੇ ਪੈਂਦੇ ਸਨ ਠੀਕ ਹੈ ਜੀ ਕਿਸ ਦੇ ਵਿੱਚ ਡੰਕੀ ਜਿਹੜਾ ਸੀਗਾ ਤੁਹਾਡਾ ਠੀਕ ਹੈ ਜੀ ਲੋਡ ਇਸ ਅ ਫਲਾਵਰ ਦੰਕੀ ਠੀਕ ਹੈ ਜੀ ਤੇ ਫਿਰ ਕੀ ਇੱਕ ਦਿਨ ਜਿਹੜਾ ਹੈਗਾ ਵਾ ਖੋਤੇ ਜਿਹੜੇ ਹੈਗੇ ਖੋਤੇ ਨੇ ਸੋਚਿਆ ਕਿ ਉਸਦੇ ਮਾਲਕ ਨੇ ਉਸ ਨੂੰ ਬਹੁਤ ਹੀ ਜ਼ਿਆਦਾ ਕੰਮ ਕੀਤਾ ਠੀਕ ਹੈ ਇਸ ਲਈ ਉਹ ਪ੍ਰਭੂ ਕੋਲ ਗਿਆ ਤੇ ਕਿਹਾ ਕਿ ਮੇਰਾ ਮੌਜੂਦਾ ਮਾਲਕ ਮੈਨੂੰ ਜ਼ਿਆਦਾ ਕੰਮ ਕਰਾਉਂਦਾ ਹੈ ਠੀਕ ਹੈ ਇਸ ਲਈ ਕਿਰਪਾ ਕਰਕੇ ਮੈਨੂੰ ਮੇਰੇ ਮਾਲਕ ਨੂੰ ਜਿਹੜਾ ਹੈਗਾ ਬਦਲ ਦੇ ਪ੍ਰਭੂ ਨੇ ਉਸ ਦੀ ਇੱਕ কুমہار ਕੋਲ ਭੇਜਿਆ ਤਾਂ ਉੱਥੇ ਉਸ ਦੀ ਹਾਲਤ ਵੀ ਜਿਹੜੀ ਕਿ ਹੋਰ ਵੀ ਖਰਾਬ ਹੋ ਗਈ কুমہار ਨੇ ਮਿੱਟੀ ਦੇ ਬਰਤਨ ਉਸ ਤੇ ਲਾ ਦੇ ਦਿੱਤੇ ਅਤੇ ਉਹਨੂੰ ਜਿਹੜਾ ਹੈਗਾ ਵਿਚਾਰ ਵਿੱਚ ਜਾ ਕੇ ਵੇਚਦਾ ਉਹਦੇ ਫਿਰਦਾ ਠੀਕ ਹੈ ਉਹ ਥੱਕਿਆ ਹੋਇਆ ਗਦਾ ਫਿਰ ਪ੍ਰਭੂ ਕੋਲ ਗਿਆ ਉਸ की दोबारा फिर जोड़ा है हूँ की हुए योवा उस जोड़ा है बहुत ही गुस्से उसने जोड़ा है व कसाई को भेज दिता था कसाई ने गधे देखा था कहा कि तेरी खाल तो चंगा चमड़ा मिलेगा कसाई की गल सुन के गधा अपनी बेवकूफ़ी जोड़ा है रोया मॉरल की अपना इतने अवेर एवर यू आर प्रेजेंट इज़ द बेस्ट प्लेस फॉर यू यानी कि तुम इस समय जिथे भी हो तो सब तो वीयी जगह है ज़्यादा उछरण की लड़ नहीं है अगर अपना द मंग ਉਹ ਸੌਰੀ ਦਾ ਮਨੀ ਲੈਂਡਰ ਐਂਡ ਹਿਸ ਪਰਸ ਯਾਨੀ ਕਿ ਭਾਈ ਜਿਹੜਾ ਹੈਗਾ ਸ਼ਾਹੂ ਘਰ ਉੱਤੇ ਉਸ ਦਾ ਪਰਸ ਤਾਂ ਦੇਖੋ ਵਾਂਸ ਆ ਵਿਲੇਜ ਮਨੀ ਲੈਂਡਰ ਲੌਸਟ ਇਸ ਪਰਸ ਯਾਨੀ ਕਿ ਇੱਕ ਵਾਰੀ ਪਿੰਡ ਦੇ ਸ਼ਾਹੂਕਰ ਦਾ ਪਰਸ ਗਵਾਚ ਗਿਆ ਉਸਨੇ ਇਸ ਨੂੰ ਲੱਭਣ ਲੱਭ ਕੇ ਜਿਹੜਾ ਉਹ ਉਸਨੇ ਵਾਪਸ ਕਰਨ ਵਾਲੇ ਨੂੰ 100 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਇੱਕ ਗਰੀਬ ਕਿਸਾਨ ਨੇ ਪਾਇਆ ਕਿ ਇਸ ਵਿੱਚ 1000 ਰੁਪਏ ਸਨ ਕਿਸਾਨ ਗਰੀਬ ਅਤੇ ਲੋੜਵੰਦ ਸੀ ਪਰ ਨਾਲ ਹੀ ਉਹ ਇੱਕ ਇਮਾਨਦਾਰ ਆਦਮੀ ਸੀ ਉਹ ਸ਼ਾਹੂਕਰ ਕੋਲ ਗਿਆ ਤੇ ਪਰਸ ਉਸ ਨੂੰ ਵਾਪਸ ਕਰ ਦਿੱਤਾ ਸ਼ਾਹੂਕਰ ਨੇ ਪਰਸ ਖੋਲ ਕੇ ਉਸ ਨੂੰ ਉਸ ਵਿੱਚ ਪੈਸੇ ਗਿਣਨੇ ਲਈ 1000 ਰੁਪਏ ਸੀ ਫਿਰ ਉਸਨੇ ਕਿਹਾ ਕਿ ਤੂੰ ਤਾਂ ਹੁਸ਼ਿਆਰ ਬੰਦਾ ਹੈ ਤੂੰ ਆਪਣਾ ਇਨਾਮ ਪਹਿਲਾ ਹੀ ਲੈ ਲਿਆ ਹੈ ਕਿਸਾਨ ਨੇ ਗੁੱਸੇ ਨਾਲ ਪੁੱਛਿਆ ਤੁਹਾਡਾ ਕੀ ਮਤਲਬ ਹੈ ਸ਼ਾਹੂ ਕਰਨ ਨੇ ਕਿਹਾ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਪਰਸ ਵਿੱਚ 11 1100 ਰੁਪਏ ਸੀ ਪਰ ਹੁਣ ਇਸ ਵਿੱਚ 1000 ਰੁਪਏ ਹਨ ਇਸ ਦਾ ਮਤਲਬ ਹੈ ਕਿ ਤੁਸੀਂ ਪਰਸ ਵਿੱਚ ਇਨਾਮੂ ਇਨਾਮੀ ਜਿਹੜੀ ਰਕਮ ਆ ਉਹ ਪਹਿਲਾਂ ਹੀ ਕੱਢ ਲਈ ਹੈ ਕਿਸਾਨ ਨੇ ਕਿਹਾ ਕਿ ਮੈਂ ਪਰਸ ਵਿੱਚ ਕੋਈ ਪੈਸਾ ਨਹੀਂ ਲਿਆ ਸਰਪੰਚ ਕੋਲ ਆ ਕੇ ਮਾਮਲਾ ਅਸੁੱਲਝਾ ਲਿਆ ਠੀਕ ਹੈ ਜੀ ਸਰਪੰਚ ਕੋਲ ਜਾ ਕੇ ਮਾਮਲਾ ਸੁਲਝਾ ਲਿਆ ਇਸ ਲਈ ਜਿਹੜਾ ਹੈਗਾ ਸਰਪੰਚ ਕੋਲ ਗਏ ਸਰਪੰਚ ਨੇ ਜਿਹੜਾ ਹੈਗਾ ਦੋਵਾਂ ਧਿਰਾਂ ਦੀ ਗੱਲ ਸੁਣੀ ਤੇ ਉਸ ਨੇ ਜਿਹੜਾ ਹੈਗਾ ਮਹਿਸੂਸ ਕੀਤਾ ਕਿ ਸ਼ਾਹੂਕਰ ਬੇਈਮਾਨ ਸੀ ਉਸ ਨੇ ਸ਼ਾਹੂਕਰ ਨੂੰ ਪੁੱਛਿਆ ਕਿ ਤੈਨੂੰ ਯਕੀਨ ਹੈ ਕਿ ਤੇਰੇ ਪਰਸ ਵਿੱਚ 1100 ਰੁਪਏ ਸਨ ਸ਼ਾਹੂਕਰ ਨੇ ਕਿਹਾ ਕਿ ਹਾਂ ਜੀ ਸ਼ਾਹੂਕਰ ਨੇ ਕਿਹਾ ਕਿ ਜੀ ਸਰ ਅਤੇ ਸਰਪੰਚ ਨੇ ਕਿਸਾਨ ਨੂੰ ਪਰਸ ਦਿੱਤਾ ਠੀਕ ਹੈ ਜੀ ਤਾਂ ਇਸ ਦਾ ਆਨਸਰ ਕੀ ਆਪਣਾ ਦੋਸਤੋ ਮੋਰਲ ਕੀ ਆਪਣਾ ਅ ਰੋਂਗ ਡੂਅਰ ਹੈਜ਼ ਟੂ ਪੇ ਅ ਹੈਵੀ ਪ੍ਰਾਈਸ ਫੋਰ ਹਿਸ ਰੋਂਗ ਐਕਟ ਯਾਨੀ ਕਿ ਇੱਕ ਗਲਤ ਕੰਮ ਕਰਨ ਵਾਲੇ ਨੂੰ ਆਪਣੇ ਗਲਤ ਕੰਮ ਦੀ ਭਾਰੀ ਕੀਮਤ ਚੁਕਾਉਣੀ ਠੀਕ ਹੈ ਜੀ ਪੈਂਦੀ ਹੈ ਉਸ ਤੋਂ ਬਾਅਦ ਆਪਣਾ ਦਸ ਅਪਾਇਰਡ ਹਾਂ ਜੀ ਦਾ ਸ਼ਪੀਅਰਡ ਐਂਡ ਹਿਸ ਸ਼ਿਪ ਦਸ ਅਪੀਅਰਡ ਦਾ ਸ਼ਪੀਅਰਡ ਐਂਡ ਹਿਸ ਸ਼ਿਪ ਤਾਂ ਦੇਖੋ ਕੀ ਆਪਣਾ ਕੀ ਆ ਜੜੀ ਅਤੇ ਉਸ ਦੀਆਂ ਭੇਡਾਂ ਤਾਂ ਦੇਖੋ ਕੀ ਹੈ ਵਾਂਸ ਅਪਨ ਅ ਟਾਈਮ ਥੇਅਰ ਵਾਸ ਅ ਸ਼ੈਫਰਡ ਹੂ ਅਬਾਊਟ ਅ ਫਲੌਕ ਆਫ ਸ਼ੀਪ ਯਾਨੀ ਕਿ ਇੱਕ ਵਾਰ ਜਿਹੜਾ ਹੈਗਾ ਵਾ ਉਸਨੇ ਇੱਕ ਆਜੜੀ ਸੀ ਠੀਕ ਜੀ ਜਿਸ ਨੇ ਆਪਣੀਆਂ ਭੇਡਾਂ ਜਿਹੜਾ ਹੈਗਾ ਨਾ ਇਹ ਜੜ ਖਰੀਦੀਆਂ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੈ ਉਸ ਕੋਲ ਇੱਕ ਕੁੱਤਾ ਵੀ ਸੀ ਠੀਕ ਹੈ ਜੀ ਉਸ ਕੋਲ ਜਿਹੜਾ ਹੈਗਾ ਵਾ ਇੱਕ ਕੁੱਤਾ ਵੀ ਸੀ ਜੋ ਕਿ ਦੋਸਤੋ ਉਸ ਦੀ ਮਦਦ ਕੀਤੀ ਠੀਕ ਹੈ ਮਦਦ ਕੀਤੀ ਆਪਣੇ ਭੇਡ ਤੇ ਕੰਟਰੋਲ ਕਰਨ ਲਈ ਜਦ ਭੇਡਾਂ ਥੋੜੀਆਂ ਵੱਡੀਆਂ ਹੋਈਆਂ ਤਾਂ ਚਰਵਾਹੇ ਨੇ ਸਮਝ ਲਿਆ ਕਿ ਇਹ ਜਿਹੜੀ ਹੈਗੇ ਨੇ ਭੇਡਾਂ ਹੁਣੇ ਹੀ ਰੁੰਦੀਆਂ ਨਹੀਂ ਰਹਿਣ ਗਿਆ ਸਾਰਾ ਦਿਨ ਦੋਸਤੋ ਭੇਡਾਂ ਨੇ ਵਾ ਵਾ ਕਿਹਾ ਉਹਨਾਂ ਨੇ ਕਿੰਨੀ ਜਿਹੜੀ ਹੈਗੀ ਆ ਬੋਲੀ ਆਵਾਜ਼ ਕੀਤੀ ਉਹਨਾਂ ਨੇ ਜਿਹੜੀ ਹੈਗੀ ਕਿੰਨੀ ਬੋਲੀ ਆਵਾਜ਼ ਕੀਤੀ ਅਤੇ ਜਿਹੜਾ ਹੈਗਾ ਚਰਵਾਹੇ ਦੇ ਹੁਕਮਾਂ ਦੀ ਅਣਦੇਖੀ ਕੀਤੀ ਉਸ ਨੇ ਭੇਡਾਂ ਨੂੰ ਉਸ ਦੀ ਜਿਹੜੀ ਹੈਗੇ ਨੇ ਉਸਦੇ ਕੁੱਤੇ ਨੂੰ ਸੁਣਨ ਲਈ ਹਰ ਜਿਹੜੀ ਹੈਗੇ ਸੰਭਵ ਸਾਧਨ ਵਰਤੇ ਪਰ ਭੇਡਾਂ ਨੇ ਪ੍ਰਵਾਹ ਨਹੀਂ ਕੀਤੀ ਅੰਤ ਵਿੱਚ ਇਹ ਦੇਖਦੇ ਹਨ ਕਿ ਭੇਡਾਂ ਨੂੰ ਜਿਹੜਾ ਹੈਗਾ ਵਾ ਅ ਬੱਲਣਾ ਬੰਦ ਨਹੀਂ ਹੋਵੇਗੀ ਠੀਕ ਹੈ ਜੀ ਭੇਡੇ ਭੇਡਾਂ ਨੂੰ ਜਿਹੜਾ ਹੈਗਾ ਬੱਲਣਾ ਬੰਦ ਨਹੀਂ ਹੋਵੇਗੀ ਚਰਵਾਹੇ ਨੇ ਜਿਹੜੀ ਕਿ ਘਟ ਇਸੇ ਨਾਲ ਜਿਹੜਾ ਹੈਗਾ ਕੁਝ ਮ제 ਕਰਨ ਦਾ ਜਿਹੜਾ ਹੈਗਾ ਫੈਸਲਾ ਕੀਤਾ ਉਸਨੇ ਇੱਕ ਬਹੁਤ ਵੱਡਾ ਕੰਨ ਜਿਹੜਾ ਹੈਗਾ ਵਾ ਖਰੀਦਿਆ ਤੇ ਇਸ ਨੂੰ ਜਿਹੜਾ ਹੈਗਾ ਆਪਣੀ ਗੱਡੀ ਦੇ ਪਿਛਲੇ ਪਾਸੇ ਆਪਣੇ ਖੇਤਾਂ ਵਿੱਚ ਪਹੁੰਚਾ ਦਿੱਤਾ ਹੈਰਾਨੀ ਦੀ ਗੱਲ ਹੈ ਕਿ ਕੰਨਾਂ ਨੂੰ ਜਿਹੜਾ ਹੈਗਾ ਵਾ ਦੇਖ ਕੇ ਉਹ ਸਾਰੇ ਜਿਹੜੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਉਹ ਬੰਦ ਕਰ ਦਿੱਤੀਆਂ ਕੰਨਾਂ ਨੇ ਆਪਣੀਆਂ ਸਾਰੀਆਂ ਅਦੁਕਤ ਤਕਲੀਫਾਂ ਦੱਸਣ ਲੱਗ ਪਈਆਂ ਜਦੋਂ ਆ ਜਿਹੜੀ ਆਪਣੀ ਗੱਡੀ ਚਲਾਇਦਾ ਭੇਡਾ ਨੇ ਉਸ ਨੂੰ ਜਿਹੜਾ ਹੈਗਾ ਪਿੱਛੇ-ਪਿੱਛੇ ਆ ਜਾਣੀਆਂ ਤਾਂ ਉਹ ਕੰਨਾਂ ਜਿਹੜਾ ਹੈਗਾ ਵਾ ਆਪਣਾ ਇਥੇ ਜਿਹੜਾ ਹੈਗਾ ਆਪਣਾ ਏਅਰ ਆ ਠੀਕ ਹੈ ਜੀ ਯਾਨੀ ਕਿ ਕੰਨ ਨਾਲ ਗੱਲ ਫਿਰ ਗੱਲ ਕਰ ਸਕਣ ਅਤੇ ਜਿਹੜਾ ਹੈਗਾ ਇਸੇ ਤਰ੍ਹਾਂ ਹੋਇਆ ਕਿ ਆ ਜਿਹੜੀ ਸਮਝ ਗਿਆ ਕਿ ਭੇਡਾਂ ਨੂੰ ਵੀ ਕੁਝ ਕਹਿਣਾ ਅਤੇ ਸਿਰਫ ਸੁਣਨਾ ਹੀ ਚਾਹੁੰਦਾ ਹੈ ਠੀਕ ਹੈ ਜੀ ਤਾਂ ਇਥੇ ਦੋਸਤੋ ਇਹ ਤੁਹਾਡਾ ਹੋ ਗਿਆ ਉਸ ਤੋਂ ਬਾਅਦ ਤੁਹਾਡੇ ਨੋਟਿਸ ਆ ਨੋਟਿਸ ਜਿਹੜੀ ਹੈਗੇ 3 ਮਾਰਕਸ ਦੀ ਹੋਣੀ ਆ ਤੁਹਾਡਾ ਸਭ ਤੋਂ ਪਹਿਲਾ ਨੋਟਿਸ ਕੀ ਹੈ ਨੋਟਿਸ ਫੋਰ ਲੋਸਟ ਆਈਟਮ ਠੀਕ ਹੈ ਜੀ ਯਾਨੀ ਕਿ ਜਿਹੜਾ ਹੈਗਾ ਤੁਹਾਡਾ Uh, कोई गुम हुई वस्तु जो है नोटिस नोटिस तो देखो कि अपना गवर्नमेंट हाई स्कूल नोटिस लॉस्ट 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 यानी कि जोड़ा है व गुआच गया गुआच गया गुम हो गया गुम हो गया गुम हो गया, गया। अप्रैल दस दो हज़ार भी दिस दो हज़ार चौबीस सॉरी दिस इज इनफॉर्म ऑल द स्टूडेंट दैट आई लॉसट माई बैग यस्टरडे इन द स्कूल ड्यूरिंग द रिसेस पीरियड यानी कि बई सारे विद्यार्थियों ने सूचित किया जाता है कि छुट्टी समय के दौरान स्कूल में कल मेरा बैग गुआच गया से यह चमड़े दिया पट्टिया वाला नीले रंग का बैग है इस दुज किताबा ज़रूरी कागजात ਸਾਹਨੇ ਜਿਸ ਕਿਸੇ ਨੂੰ ਵੀ ਇਹ ਪਤਾ ਲੱਗਦਾ ਹੈ ਤਾਂ ਹੇਠ ਲਿਖੇ ਦਸਤਕਤ ਵਾਲੇ ਨਾਲ ਸੰਪਰਕ ਕਰੇ ਉਸ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ ਜੋਤੀ ਸਿੰਘਾਨੀਆ ਰੋਲ ਨੰਬਰ 8th D ਉਸ ਤੋਂ ਬਾਅਦ ਦੋਸਤੋ ਨੋਟਿਸ ਫੋਰ ਸਕੂਲ ਫੰਕਸ਼ਨ ਠੀਕ ਹੈ ਯਾਨਕਿ ਬਈ ਸਕੂਲ ਫੰਕਸ਼ਨ ਲਈ ਜਿਹੜਾ ਹੈਗਾ ਬਹ ਨੋਟਿਸ ਲਿਖਣਾ ਵਾ ਤੁਸੀਂ ਤਾਂ ਦੇਖੋ ਕੀ ਆਪਣਾ ਦਾ ਐਨੀਵਲ ਸਪੋਰਟਸ ਮੀਟ ਆਫ ਸਕੂਲ ਇਜ਼ ਗੋਇੰਗ ਟੂ ਬੀ ਹੈਲਡ ਔਨ 28th ਐਂਡ 29th ਆਫ ਮੰਥ ਯਾਨਕਿ ਬਈ ਜਿਹੜਾ ਹੈਗਾ ਬ ਸਕੂਲ ਦੀ ਸਾਲਾਨਾ ਸਪੋਰਟਸ ਮੀਟ ਮਹੀਨੇ ਦੀ ਜਿਹੜੀ ਹੈਗਾ 28 ਤੇ 29 ਤਰੀਕ ਨੂੰ ਜਿਹੜੀ ਹੈਗੀ ਕਰਵਾਈ ਜਾ ਰਹੀ ਹੈ ਜੋ ਵਿਦਿਆਰਥੀ ਕਿਸੇ ਵੀ ਇਵੈਂਟ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਸ ਨੂੰ ਆਪਣਾ ਨਾਮ ਜਿਹੜਾ ਹੈਗਾ ਵਾ 24 ਜਿਹੜਾ ਹੈਗਾ ਬ ਆਪਣਾ ਕਿੰਨੇ ਦੋਸਤ ਇੱਥੇ ਦਿੱਤਾ ਹੋਇਆ ਬ ਆਪਣਾ ਇੱਥੇ 24th ਆਫ ਥਿਸ ਮੰਥ ਯਾਨੀ ਕਿ 24 ਤਰੀਕ ਤੱਕ ਇਸ ਮਹੀਨੇ ਦੇ ਵਿੱਚ ਜਿਹੜੇ ਹੈਗੇ ਆ ਹਸਤਾਖਰ ਤੇ ਸਿਗਨੇਚਰ ਕਰਨ ਵਾਲੇ ਜਿਹੜੇ ਹੈਗੇ ਇਸ ਮਹੀਨੇ ਜਿਹੜੇ ਹੈਗੇ ਦੋਸਤੋ ਇਸ ਦੇ ਨਾਮ ਜਰੂਰ ਦੇ ਦੇਣ 24 ਤਰੀਕ ਨੂੰ ਦੇਣੇ ਚਾਹੀਦੇ ਹਨ ਜਿਸ ਵਿੱਚ ਹੋਈ ਸਾਲ ਲੈ ਰਹੇ ਹਨ ਠੀਕ ਹੈ ਜੀ ਕਿ ਹਾਂ ਭਾਈ ਮੈਂ ਇਸ ਦੇ ਵਿੱਚ ਹਿੱਸਾ ਲੈਣਾ ਵਾ ਤੇ ਇਹਦੇ ਵਿੱਚ ਮੈਂ ਮੈਂਸ਼ਨ ਕਰਨਾ ਪਏਗਾ ਕਿ ਹਾਂ ਭਾਈ ਮੈਂ ਇਹਦੇ ਵਿੱਚ ਹਿੱਸਾ ਲਊਗਾ ਤੇ ਹਸਤਾਖਰ ਕਰਕੇ ਦੋਸਤੋ ਜਿਹੜਾ ਹੈਗਾ ਵਾ ਉਹ ਆਪਣਾ ਨਾਮ ਜਮਾ ਕਰਾਣਾ ਪਏਗਾ ਉਸ ਤੋਂ ਬਾਅਦ ਦੋਸਤੋ ਦੇਖੋ ਨੋਟਿਸ ਕੀ ਹੈ ਜੁਆਇਨਿੰਗ ਹਿਸਟੋਰੀਕਲ ਟੂਰ ਆ ਤੁਹਾਡਾ ਠੀਕ ਹੈ ਜੀ ਨੋਟਿਸ Uh, उपर दिता है वा नोटिस अबाउट टूर यानी कि बी जो है वा अ टूर बारे सूचना वा थोड़ी यह तो देखो कि अपना नोटिस ज्वाइनिंग हिस्टोरीकल टूर बई जो है वा टूर में शामिल होने लिय नोटिस तो देखो कि अपना अवर स्कूल इज ऑर्गेनाइजिंग हिस्टोरीकल टूर टू दिल्ली एंड आगरा ਭਈ ਸਾਡੇ ਸਕੂਲ ਵਿੱਚ ਜਿਹੜਾ ਹੈ ਦਿੱਲੀ ਤੇ ਅਗਰਿਆ ਦਾ ਇਤਿਹਾਸਿਕ ਦੌਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ 12 ਮਾਰਚ ਤੋਂ ਸ਼ੁਰੂ ਹੋਣ ਵਾਲੇ ਟੂਰ ਦੀ ਮਿਆਦ 6 ਦਿਨਾਂ ਦੀ ਹੈ ਚਾਹਵਨ ਆਪਣੇ ਜਿਹੜੇ ਨੇ ਚਾਹਵਨ ਜਿਹੜੇ ਜਾਣਾ ਚਾਹੁੰਦੇ ਆ ਉਹ ਆਪਣੇ ਨਾਮ ਹਿੱਟਲੇ ਹਸਤਾਕ੍ਰਿਆ ਜਿਹੜੇ ਆਪਣੇ ਹਸਤਾਕਰ ਜਿਹੜੇ ਹੈਗੇ ਆ ਜਿਹੜੇ ਸਟਾਕਸ਼ਰ ਆ ਜਿਹੜੇ ਹੈਗੇ ਆ ਦੋਸਤੋ ਉਹਨਾਂ ਨੂੰ ਜਿਹੜੇ ਹੈਗੇ ਨਾਮ ਦੇਣੇ ਚਾਹੀਦੇ ਹਨ ਠੀਕ ਹੈ ਜੀ ਤੇ ਇਹਦਾ ਸਮਰਥਕ ਠੀਕ ਹੈ ਜੀ ਕਿੰਨੀ ਜਿਹੜੀ ਹੈਗੀ ਡੇਟ ਹੈ ਇੱਥੇ ਦੋਸਤੋ ਕੀ ਆਪਣੀ 10 ਮਾਰਚ ਮੋਹਨ ਲਾਲ ਸੈਕਟਰੀ ਟੂਰ ਆਰਗੇਨਾਈਜੇਸ਼ਨ ਕਮੇਟੀ ਉਸ ਤੋਂ ਬਾਅਦ ਹੈ ਟੇ ਪਾਰਟ ਇਨ ਡਿਬੇਟ ਬਈ ਜਿਹੜਾ ਹੈਗਾ ਵਾ ਬਹਿਸ ਵਿੱਚ ਹਿੱਸਾ ਲੈਣ ਸੰਬੰਧੀ ਤੁਹਾਡਾ ਇਹ ਜਿਹੜਾ ਹੈਗਾ ਵਾ ਤਾਂ ਦੇਖੋ ਕੀ ਹੈ ਟੇਕਿੰਗ ਪਾਰਟ ਇਨ ਡਿਬੇਟ ਐਪਲੀਕੇਸ਼ਨ ਵਰ ਠੀਕ ਹੈ ਕਿਵੇਂ ਲਿਖਣਾ ਤੁਸੀਂ ਨੋਟਿਸ ਟੇਕ ਪਾਰਟ ਟੇਕਿੰਗ ਪਾਰਟ ਇਨ ਡਿਬੇਟ ਮਾਰਚ 15 2024 ਐਪਲੀਕੇਸ਼ਨ ਆਰ ਇਨਵਾਈਟਡ ਫਰਮ ਦਾ ਸਟੂਡੈਂਟ ਆਫ ਕਲਾਸ 9th ਬਈ ਨੌਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਤੋਂ ਬਿਨੇ ਪੱਤਰ ਮੰਗੇ ਆ ਜਾਂਦੇ ਹਨ ਜੋ ਲੁਧਿਆਣਾ ਵਿਖੇ ਹੋਣ ਵਾਲੀ ਬਹਿਸ ਵਿੱਚ ਭਾਗ ਲੈਣਾ ਚਾਹੁੰਦੇ ਹਨ ਵਿਦਿਆਰਥੀ ਆਪਣਾ ਮਹਾਰਤਤਾ ਬੇਰਵਾ ਦਿੰਦੇ ਹੋਏ 10 ਮਾਰਚ ਤੋਂ ਪਹਿਲਾਂ ਅਪਲਾਈ ਜਿਹੜਾ ਹੈਗਾ ਵਾ ਕਰਨ ਉਸ ਤੋਂ ਬਾਅਦ ਦੋਸਤੋ ਤੁਹਾਡੇ ਇੱਥੇ ਦਿੱਤਾ ਹੈ ਤੁਸੀਂ ਸਾਨੂੰ ਰਿਡਾਊਟ ਕਰ ਲੈਣਾ ਵਾ ਉਸ ਤੋਂ ਬਾਅਦ ਦੋਸਤੋ ਤੁਹਾਡੇ ਆ ਦਿੱਤੇ ਹੋਏ ਹਨ ਠੀਕ ਹੈ ਜੀ ਅ ਕੀ ਦਿੱਤਾ ਹੋਇਆ ਇੱਥੇ ਓ ਆਰ ਐਕਸਪਲੇਨਿੰਗ ਨਿਊਜ਼ਪੇਪਰ ਹੈਡਲਾਈਨ ਠੀਕ ਹੈ ਜੀ ਆਹ ਤੁਹਾਡੇ অপਸ਼ਨ ਦੇ ਵਿੱਚ ਆ ਜਾਏਗੀ ਐਕਸਪਲੇਨਿੰਗ ਨਿਊਜ਼ਪੇਪਰ ਹੈਡਲਾਈਨ ਜਿਵੇਂ ਕਿ ਆਹ ਤੁਹਾਡੇ ਦਿੱਤਾ ਹੋਇਆ ਵਾ 골ਡ ਰਾਈਸਿਸ फरदर एक्सपलेनेशन की है द प्राइज ऑफ गोल्ड इन द मार्केट हैज़ इनक्रीज अगेन ठीक है यानी कि भाई जो है वा सोना हौर जगा वा सोने की कीमत बच्चे फिर बढ़ गई है सोने की कीमत जी है कि बाज़ार सोने की कीमत फिर बढ़ गई है ठीक है सोना हौर बद् है उस तो बाद पीएम लॉन्चिज न्यू एजुकेशन पॉलिसी जो भी जो है वा प्रधानमंत्री ने नवी सिक्ख्या नीति की शुरुआत की तो स्पष्टीकरण एक्सप्लेन किया प्राइम मिनिस्टर हैज लॉन्च न्यू एजुकेशन पॉलिसी बी प्रधानमंत्री ने नवी सिकख्या नीति शुरू की थी। उस तो बादना यह जड़ा है पी एम लिव फॉर टैक्सास आह भी रीड आउट कर लेना इंडिया बीट्स आस्ट्रेलिया इन द फाइनल ਅਬੀ ਰੀਡ ਆਊਟ ਕਰ ਲਓ ਸਾਈਕਲੋਨ ਹਿਟਸ 오ਡੀਸਾ ਗਵਰਨਮੈਂਟ ਫਿਲਸ 3000 ਆਫ ਟੀਚਰਸ ਠੀਕ ਹੈ ਜੀ ਤੁਸੀਂ ਸਾਰੇ ਹੀ ਰੀਡ ਆਊਟ ਕਰ ਲੈਣੇ ਆ ਇਹਦਾ ਸਤਵਾਂ ਰੀਡ ਆਊਟ ਕਰ ਲਓ ਪੀਪਲ ਐਜੂਕੇਟਡ ਔਨ ਰੋਡ ਸੇਫਟੀ ਸੀਐਮ ਸੈਲ ਫੋਰ ਐਜੂਕੇਸ਼ਨ ਰਿਫਾਰਮ ਇਨ ਪੰਜਾਬ ਠੀਕ ਹੈ ਜੀ ਯਾਨਕਿ ਭਈ ਜਿਹੜਾ ਹੈਗਾ ਮੁੱਖ ਮੰਤਰੀ ਨੇ ਪੰਜਾਬ ਵਿੱਚ ਸਿੱਖਿਆ ਸੁਧਾਰ ਦੀ ਮੰਗ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਸਿੱਖਿਆ ਨੂੰ ਜਿਹੜਾ ਹੈਗਾ ਵਾ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੀ ਜਿਹੜੀ ਹੈਗੀ ਆ ਲੋਡ ਹੈ ਉਸ ਤੋਂ ਬਾਅਦ ਦੋਸਤੋ ਤੁਹਾਡੇ ਹਸਬੰਡ ਗੈਟਸ ਆਰ ਆਈ ਇੰਡੋਰੀ ਕੇਸ ਬਾਈ ਜਿਹੜਾ ਹੈਗਾ ਵਾ ਤਾਜ ਦੇ ਮਾਮਲੇ ਵਿੱਚ ਪਤੀ ਨੂੰ ਆਰ ਆਈ ਠੀਕ ਹੈ ਜੀ ਤੇ ਇਹਦੇ ਬਾਰੇ ਦਿੱਤਾ ਹੈ ਤੁਹਾਡਾ 14 0 올ਡ ਕਲੇਮ ਹੈਵ ਕਾਰਡ ਕੋਵਾਇਡ ਡਿਫੈਂਸ ਮਿਨਿਸਟਰ ਰਿਚਸ ਮਾਸਕੋ ਟੀ ਸੁਨਾਮੀ ਹਿੱਟ ਜਪਾਨ ਸਟੂਡੈਂਟ ਹੈਲਡ ਸਟੀਲਿੰਗ ਮੋਬਾਈਲ ਫੋਨ ਮਤਲਬ ਕਿ ਜਿਹੜਾ ਹੈਗਾ ਵਾ ਤੁਹਾਡਾ ਜਿਹੜਾ ਹੈਗਾ ਵਾ ਵਿਦਿਆਰਥੀ ਨੂੰ ਮੋਬਾਈਲ ਫੋਨ ਚੋਰੀ ਕਰਨ ਦੇ ਦੇਸ਼ ਦੋਸ਼ ਦੇ ਵਿੱਚ ਫੜਿਆ ਗਿਆ ਇਹਦੇ ਬਾਰੇ ਆ ਉਸ ਤੋਂ ਬਾਅਦ ਹੈ ਅਰਥਕ ਕੁੱਕ ਰੌਕਸ ਨੇਪਾਲ ਯਾਨਕੀ ਪੁਚਾਲ ਨੇਪਾਲ ਨੂੰ ਹਿਲਾ ਦਿੱਤਾ ਸੀਨੀਅਰ ਪਾਰਟੀ ਮੈਂਬਰ ਕਿਊਟਸ ਯਾਨੀ ਕਿ ਸੀਨੀਅਰ ਪਾਰਟੀ ਮੈਂਬਰ ਅਸਤੀਫਾ ਵਾਰਿਆ ਹੈਗਾ ਵਾ ਕਿ ਭਾਈ ਜਿਹੜਾ ਹੈਗਾ ਵਾ ਮਿਸਟਰ ਬਰਾੜਾ ਸੀਨੀਅਰ ਮੋਸਟ ਅਕਾਲੀ ਲੀਡਰ ਹੈਜ਼ ਕਿਊਟਡ ਦ ਪਾਰਟੀ ਇਨ ਦ ਪ੍ਰੋਟੈਸਟ ਅਗੇਂਸਟ ਪਾਰਟੀ ਪੋਲਿਸੀਜ਼ ਯਾਨੀ ਕਿ ਭਾਈ ਸ਼੍ਰੀ ਬਰਾੜ ਦੇ ਸੀਨੀਅਰ ਅਕਾਲੀ ਆਗੂ ਨੇ ਪਾਰਟੀ ਦੀਆਂ ਨੀਤੀਆਂ ਦੇ ਵਿਰੁੱਧ ਵਿੱਚ ਪਾਰਟੀ ਛੱਡ ਦਿੱਤਾ ਠੀਕ ਹੈ ਜੀ ਤਾਂ ਇਹ ਤੁਹਾਡਾ ਆਨਸਰ ਹੋ ਗਿਆ ਉਸ ਤੋਂ ਬਾਅਦ ਦੋਸਤੋ ਤੁਹਾਡੀ ਰੀਟਰਾਂਸਲੇਸ਼ਨ ਆ ਫਰਮ ਇੰਗਲਿਸ਼ ਟੂ ਹਿੰਦੀ ਠੀਕ ਹੈ ਜੀ ਇਹਦੇ ਵਿੱਚ ਦੋਸਤੋ ਕੀ ਹੈ ਤੁਹਾਡਾ ਇੰਗਲਿਸ਼ इन टू पंजाबी इन टू हिंदी ठीक है जी जिम्मे कहा हिंदी दिता हो फिर इसमें इंग्लिश फिर इस सॉरी हिंदी के पंजाबी के फिर इंग्लिश के इस प्रकार दोस्तों तुम अभी लिखा हुआ मैं थका हुआ हूँ इसमें लिखा कि मैं थकिया होया हाँ आई एम टायर्ड ती इस प्रकार सारे ही इसको देख लेने काफ़ी ज़्यादा ये इंपोर्टेंट ने दोस्तों एक बार चंगी तरह जो है इन्होंने रीडिंग मार लेनी है उस तो बाद होर भी दिन मैं रोज़ स्कूल जाता हाँ हूँ मैं रोज़ स्कूल जाता हाँ आई एम गो टू स्कूल डेली सारे तुम देख लेने आई तो ट्रांसलेशन ने वैरी वैरी इंपॉर्टेंट हैगी है ट्रांसलेशन फ्रॉम इंग्लिश टू पंजाबी हिंदी और फ्रॉम पंजाबी हिंदी टू इंग्लिश ये दोनों उल्ट फुलट करके आ सकते हैं ठीक है जी इतो बत्ती पेजा की पी डी एफ फाइल सी पूरी दूरी असी करा दी है तो आह सोस्तों अठवीं जमात वाल इंग्लिश का पेपर से जो कि पी डी एफ़गी दोस्तों आह सा पेपर द ठीक है जी बाकी दोस्तों अगर तुम्हें पी डी एफ चाहिए तो मैंने इंटाग्राम के मैसेज जरूर करे इंस्टाग्राम से मैसेज करके लिंक दिता है इंस्टाग्राम से उतने मैं तुम्हें यह पी डी एफ भेज दूंगा वह लिंक ठीक है इंस्टाग्राम से मैसेज जरूर कर दिए इंस्टाग्राम से आई डी का लिंक डिस्क्रिप्शन बॉक्स के दता हुआ उम्मीद यह पी डे एफ भेज दूँगा ओके दोस्तों चलो ठीक है जी ऑल द बेस्ट वे एग्जाम के लिए